ਬੈਕੇ ਟਾਬਿਆਂ ਤੇ ਛੇੜ ਲਈਏ ਗੱਲ ਬੈਲੋ ਤੇਰੇ ਹਾਰ ਤੇ ਸ਼ਿੰਗਾਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਬੜੈਚ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਅੱਜ ਅਸੀਂ ਮੌਜੂਦ ਹਾਂ ਪੰਜਾਬ ਦੇ ਸਭ ਤੋਂ ਮਸ਼ਹੂਰ ਟਾਬਾ ਪੂਰੇ ਦੇ ਟਾਬੇ ਦੇ ਉੱਤੇ ਬਿਲਕੁਲ ਤੁਸੀਂ ਕਹਿ ਸਕਦੇ ਨਾ ਕਿ ਡਰਾਈਵਰਾਂ ਦਾ ਤੇ ਟਾਬੇ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਇੱਕ ਮਾਂ ਪੁੱਤ ਵਰਗਾ ਰਿਸ਼ਤਾ ਹੁੰਦਾ ਸੋ ਅੱਜ ਤੁਹਾਨੂੰ ਦਿਖਾਵਾਂਗੇ ਕਿ ਬਾਈ ਹੋਰਾਂ ਦਾ ਟਾਬਾ ਕਦੋਂ ਤੋਂ ਚੱਲ ਰਿਹਾਗਾ ਤੇ ਕੀ ਕੀ ਖਾਸੀਅਤਾਂ ਟਾਬੇ ਦੇ ਵਿੱਚ ਆਓ ਮਰੇ ਨਾਲ ਮਿਲਦੇ ਆਪਾਂ ਸਮੇ ਸਾਡੇ ਨਾਲ ਮੌਜੂਦ ਨੇ ਢਾਬੇ ਦੇ ਮਾਲਕ ਕਹਿ ਸਕਦੇ ਕਿ ਬਾਈ ਲਖਵਿੰਦਰ ਮੌਜੂਦ ਨੇ ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਧੰਨਵਾਦੀ ਬਾਈ ਜੀ ਬਹੁਤ ਬਹੁਤ ਸਭ ਤੋਂ ਪਹਿਲਾਂ ਤਾਂ ਮਤਲਬ ਹਨਾ ਕਿ ਪੂਰੇ ਦਾ ਢਾਬਾ ਸਭ ਤੋਂ ਪਹਿਲਾਂ ਤਾਂ ਮੈਂ ਮਤਲਬ ਹਰ ਇੱਕ ਬੰਦਾ ਜਦੋਂ ਚੰਡੀਗੜ੍ਹ ਜਾਂਦਾ ਮਤਲਬ ਇੱਥੇ ਰੁੱਕ ਕੇ ਹੀ ਜਾਣਾ ਬੰਦੇ ਨੇ ਹਨਾ ਖਾਸ ਕਰਕੇ ਅਸੀਂ ਪਹਿਲਾਂ ਵੀ ਬੰਦੇ ਨੂੰ ਪੁੱਛਿਆ ਕਹਿੰਦੇ ਬਾਈ ਜਿਹੜੀ ਚਾਹ ਦਾ ਨਾ ਜੈਕਾ ਮਤਲਬ ਘਰ ਦਾ ਸਵਾਦ ਜਦਾ ਲਈ ਇੱਕ ਗੁੜ ਵਾਲੀ ਚਾਹ ਹਨਾ ਹਾਂਜੀ ਬਾਈ ਜੀ ਅਸੀਂ ਗੁੜ ਆਪਣੇ ਘਰ ਦਾ ਘੜਦੇ ਹਾਂ ਜੀ ਉਹਦੀ ਚਾਹ ਬਣਾਉਂਦੇ ਹਾਂ ਜੀ ਹਾਂਜੀ ਹਾਂਜੀ ਸੋ ਸਭ ਤੋਂ ਪਹਿਲਾਂ ਵੀ ਗੱਲ ਕਰਾਂਗੇ ਵੀ ਢਾਬਾ ਕਦੋਂ ਤੋਂ ਮਤਲਬ ਚੱਲ ਰਿਹਾ ਆਪਣਾ ਹਨਾ ਕਿੰਨੇ ਸਾਲ ਹੋ ਗਏ ਜਾਂ ਕਦੋਂ ਮੈਂ ਵੀ ਢਾਬਾ ਸਾਡਾ 1993 1993 ਜੇ ਖੋਲਿਆ ਸੀ ਅੱਛਾ ਜੀ ਤੇ ਪਾਪਾ ਉਹਨਾਂ ਨੇ ਬਿਲਕੁਲ ਸ਼ੁਰੂਆਤ ਕੀਤੀ ਸੀ ਹਾਂਜੀ ਢਾਬੇ ਦਾ ਨਾਮ ਪੂਰੇ ਦੇ ਢੱਬਾ ਇਹ ਮੇਰੇ ਛੋਟੇ ਭਾਈ ਦੇ ਵਾਲ ਪੂਰੇ ਸੀ ਜੀ ਅੱਛਾ ਤੇ ਆਪਾਂ ਨੇ ਜਿਹਨ ਬਾਣਦ ਨੌ ਤੇ ਢੱਬਾ ਰੱਖਦਾ ਸੀ ਪੂਰੇ ਜੱਟ ਤੇ ਚੀਜ਼ ਤੋਂ ਲੈ ਕੇ ਉਹ ਕਰ ਲਿਆ ਮੁੜ ਕੇ ਹਾਂ ਜੀ ਉੱਤੇ ਨੌ ਬਾਣਦ ਨੌ ਤੇ ਢੱਬਾ ਪੂਰੇ ਰੱਬ ਕੀ ਬਾਤ ਹੈ ਜੀ ਤੁਸੀਂ ਦੱਸੋ ਕਿ ਬਾਈ ਹੋਰੀ ਅੱਜ ਕੱਲ ਅਮਰੀਕਾ ਰਹਿੰਦੇ ਨੇ ਬੜਾ ਭਾਈ ਅਮਰੀਕਾ ਰਹਿੰਦਾ ਜੀ ਬਾਰੇ ਹਾਂਜੀ ਜੀ ਸੋ ਭਾਈ ਜਦੋਂ ਹਣਾ ਢੱਬਾ ਜਦੋਂ ਦੇਖਦੇ ਆਪਾਂ ਉਹ ਮਤਲਬ ਉਹ ਚੀਜ਼ ਖਿਆਲ ਜਾਂਦੇ ਵੀ ਮੰਜੇ-ਮੰਜੇ ਲੱਗੇ ਹੋਣਗੇ ਫੱਟੀਆਂ ਲੱਗੀਆਂ ਹੋਣਗੀਆਂ ਮਤਲਬ ਜਿਹੜੀ ਸ਼ੁਰੂਆਤੀ ਦੌਰ ਸੀ ਆਪਣਾ ਵੀ ਉਦੋਂ ਹੀ ਸੀਗਾ ਕੁਝ ਹਾਂਜੀ ਬਈ ਜੀ ਪਹਿਲਾਂ ਢੱਬਾ ਟਰੱਕਾਂ ਵਾਲੀ ਹੁੰਦਾ ਸੀ ਜੀ ਹਾਂਜੀ ਪਹਿਲਾਂ ਰੂਟ ਤੇ ਟਰੱਕ ਹੀ ਚੱਲਦੇ ਸੀ ਤੇ ਹੁਣ ਚੰਡੀਗੜ੍ਹ ਚ ਟ੍ਰੈਫਿਕ ਜਿਆਦਾ ਵੱਧ ਗਈ ਹੁਣ ਕਾਰਾਂ ਗੁਣਾ ਵੱਧ ਜਾਣ ਲੱਗ ਗਈਆਂ ਜੀ ਤੇ ਉਹ ਹਸਾਬ ਨਾਲ ਟਰੱਪ ਜਿਹੜੀ ਲੁੱਕ ਸੀ ਚੇਂਜ ਕਰਤੀ ਪਹਿਲਾਂ ਟਰੱਕਾਂ ਨਾਲ ਸੀ ਹੁਣ ਕਾਰਾਂ ਨਾਲ ਕਰਤਾ ਜੀ ਜਿਹੜੀਆਂ ਉਹ ਫੈਮਲੀਆਂ ਜੁੜ ਗਈਆਂ ਉਹ ਚੀਜ਼ ਨਾਲ ਹਨ ਫੈਮਲੀਆਂ ਕਾਫੀ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਸੋ ਮਤਲਬ ਕਿੱਥੋਂ ਬਈ ਪਹਿਲਾਂ ਕਿ ਆਪਣਾ ਖੇਤੀਬਾੜੀ ਨਾਲ ਜੁੜੇ ਹੋਏ ਸੀ ਕਿ ਜਾਂ ਕਿੱਦਾਂ ਕਰੋਗਾ ਖੇਤੀਬਾੜੀ ਕਰਦੇ ਆ ਬਈ ਜੀ ਅੱਛਾ ਹੁਣ ਵੀ ਖੇਤੀਬਾੜੀ ਨਾਲ ਜੁੜੇ ਹੋਏ ਹੁਣ ਵੀ ਖੇਤੀਬਾੜੀ ਕਰਦੇ ਆ ਜੀ ਹਾਂਜੀ ਜਿਹੜਾ ਮਤਲਬ ਗੋੜਾ ਆਪਣਾ ਕਰਦੇ ਹੀ ਹੁੰਦਾ ਗੰਨਾ ਗੰਨਾ ਸਾਰ ਹਾਂਜੀ ਬ ਆਬ ਜਦੋਂ ਤੁਸੀਂ ਵੇਖ ਸਕਦਾ ਤੁਸੀਂ ਬਾਈ ਚੀਜ਼ਾਂ ਨਾ ਮੰਜਾ ਕਹਿ ਲਈ ਬੜਾ ਵੱਡਾ ਮੰਜਾ ਨਾ ਮੈਨਿਆ ਕਿ ਥੱਲੇ ਪੈਰ ਵੀ ਨਹੀਂ ਲੱਗ ਰਹੇ ਵੈ ਕੀ ਇਹ ਕਿੱਥੋਂ ਵੱਲ ਚੀਜ਼ਾਂ ਤੁਸੀਂ ਲੈ ਕੇ ਆਉਣੇ ਪ੍ਰਾਣੀ ਦਾ ਪ੍ਰਾਣੀ ਟਰੈਕਟਰ ਪ੍ਰਾਣੀ ਚੀਜ਼ਾਂ ਹਰ ਚੀਜ਼ ਨਾਲ ਤੁਸੀਂ ਜੁੜਿਆ ਹੋਇਆ ਕਹਿ ਲਈ ਬਾਈ ਜੀ ਸਾਡਾ ਵੈਸੀ ਹੀ ਮਫਹੂਮ ਹੁੰਦਾ ਵੀ ਜਿਹੜੀ ਚੀਜ਼ ਲੱਗ ਤੋਂ ਲੱਗ ਬਣਾਈ ਜਾਵੇ ਤੇ ਮੰਜੇ ਸੀ ਛੋਟੇ ਮੰਜੇ ਆਮ ਘਰਾਂ 'ਚ ਹੁੰਦੇ ਨੇ ਸੀ ਜੇ ਮੰਜੇ ਬਣਾਉਣੇ ਜਾਂਦੇ ਵੱਡੇ ਵੱਡੇ ਬਣਾਈਏ ਆ ਜਿਹੜੇ ਸ਼ਹਿਰ ਵਾਲੇ ਬੱਚਿਆਂ ਨੂੰ ਹੁੰਦਾ ਜੀ ਉਹ ਮੰਜੇ ਹੁੰਦੇ ਸੀ ਇਦਾਂ ਪੁਰਾਣੇ ਵੱਡੇ ਵੱਡੇ ਹੰਜ ਤਾਂ ਬਣਾਈ ਸੀ ਟਰੈਕਟਰ ਤੁਸੀਂ ਹਰ ਉਹ ਚੀਜ਼ ਜਿਹੜੀ ਪੁਰਾਣੀ ਆ ਮਤਲਬ ਕਿਥੋਂ ਕਿਥੋਂ ਲੈ ਕੇ ਆਉਂਦੇ ਜਿਹੜੇ ਆਪਾਂ ਕਹਿੰਦੇ ਪੁਰਾਣੇ ਟਰੈਕਟਰ ਜਦੋਂ ਹੋ ਗਿਆ ਨਾ ਉਹ ਮਿਲਦੇ ਨਹੀਂ ਅੱਜਕੱਲ ਬਸ ਆਪਨੇ ਟਾਬੇ ਦੇ ਵੇਖਣ ਨੂੰ ਮਿਲਣਗੇ ਉਹ ਚੀਜ਼ਾਂ ਹਾਂਜੀ ਸਭ ਤੋਂ ਜਿਹੜਾ ਸਭ ਤੋਂ ਪਹਿਲਾ ਟਰੈਕਟਰ ਸਾਡ ਡੀਡੀ 14 ਦਾ ਜੀ ਡੀਡੀ 14 ਦਾ ਉਹ ਦਾਦਾ ਜੀ ਦਾ ਹੁੰਦਾ ਸੀ ਉਹ ਸਾਡੇ ਘਰ ਦਾ ਟਰੈਕਟਰ ਆ ਜੀ 1968 ਮਾਡਲ ਬਾ ਉੱਥੋਂ ਹੀ ਸ਼ੌਂਕ ਪਿਆ ਜੀ ਤੇ ਬਾ ਹੌਲੀ ਹੌਲੀ ਕਰਕੇ ਟਰੈਕਟਰ ਲੈ ਲਈ ਹੁਣਡੇ ਕੋ 14 ਟਰੈਕਟਰ ਨੇ ਜੀ ਅੱਛਾ ਜੀ ਤੇ ਸਕੂਟਰ ਮੋਟਰਸਾਈਕਲ ਨੇ ਜੀ ਸਾਰੇ ਪ੍ਰਕਾਰ ਦੇ ਤੇ ਗੱਡੀਆਂ ਤੰਗੇ ਰੱਥ ਜ ਤੇ ਬਾਕੀ ਸਾਰੀਆਂ ਆਈਟਮ ਰੱਖੀਆਂ ਜੋ ਵੀ ਪੁਰਾਣੀਆਂ ਹੈਗੀਆਂ ਸੀ ਭਾਂਡੇ ਹੋ ਗਏ ਜੀ ਜੋ ਵੀ ਹੈਗਾ ਸਾਡੇ ਕੋਲ ਕੀ ਬਾਤ ਆ ਇਹ ਵੱਡੀ ਚੀਜ਼ ਹੈ ਨਾ ਕਿ ਵਾਈਹੂਰੀ ਵਿਰਾਸਤ ਦੇ ਨਾਲ ਵੀ ਜੁੜੇ ਹੋਏ ਨੇ ਉਹ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਸੋ ਸਾਰੇ ਟਰੈਕਟਰ ਇੱਥੇ ਖੜਿਆ ਜਾਂ ਕਿਤੇ ਹੋ ਹਾਂਜੀ ਕੋਈ ਇੱਥੇ ਖੜੇ ਨੇ ਤਕਰੀਬਨ ਜੀ ਕੋ ਤਿੰਨ ਚਾਰ ਇਧਰ-ਉਧਰ ਹੋਣਗੇ ਕੀਲਾ ਮਨ ਖੁਸ਼ ਹੋ ਗਿਆ ਤੁਹਾਡੀ ਗੱਲਾਂ ਸੁਣ ਕੇ ਧੰਨਵਾਦ ਜੀ ਬਾਕੀ ਸੀ ਪੰਜਾਬੀ ਬੋਲੀ ਨੂੰ ਮਾਤੋਵਾ ਪ੍ਰਮੋਟ ਕਰਦੇ ਹਾਂ ਜੀ ਜੋ ਵੀ ਕੁਝ ਪੁਰਾਣਾ ਕਰਨਾ ਹੈ ਉਹ ਸਾਰਾ ਪੰਜਾਬੀ ਆਪਣੀ ਮਾਂ ਬੋਲੀ ਈ ਕਰੀਦਾ ਬਾਕੀ ਜਿਵੇਂ ਵੇਖਿਆ ਵੀ ਨਾ ਸਦਾ ਊੜਾ ੜਾ ਲਿਖਿਆ ਹੋਇਆ ਪੰਜਾਬੀ ਗੀਤ ਚੱਲਦੇ ਨੇਗੇ ਸਭ ਤੋਂ ਪਹਿਲਾਂ ਅਸੀਂ ਊੜਾ ੜਾ ਹੀ ਲਾਇਆ ਸੀ ਵੀ ਦੇਖਿਆ ਵੀ ਕਿੰਨਾ ਕੁ ਪ੍ਰਭਾਵ ਆ ਜੀ ਤੇ ਉਹ ਬਹੁਤ ਵਧੀਆ ਲੱਗਿਆ ਫਿਰ ਇੱਕ ਹੋਰ ਟੌਪਿਕ ਲਾਤਾ ਫਿਰ ਹੋਰ ਟੌਪਿਕ ਲਾਤਾ ਹੁਣ ਸਾਰੇ ਤਰੀਕੇ ਦੇ ਟੌਪਿਕ ਕੋਈ ਨਵਾਂ ਟੌਪਿਕ ਹੁੰਦਾ ਫਿਰ ਲਿਆ ਕੇ ਲਈ ਦੱਥੇ ਹਾਂਜੀ ਜੀ ਸੋ ਭਾਈ ਜਿੱਦਾਂ ਕਿ ਫਿਲਮਾਂ ਦੀ ਗੱਲ ਕਰ ਲਈ ਹੈ ਨਾ ਕੋਈ ਫਿਲਮਾਂ ਦੇ ਵਿੱਚ ਵੀ ਸ਼ੂਟਿੰਗਾਂ ਵਗੈਰਾ ਹੁੰਦੀਆਂ ਜਾਂ ਆਪਣੇ ਟਰੈਕਟਰ ਫਿਲਮਾਂ ਦੇ ਵਿੱਚ ਜਾਂਦੇ ਆਗੇ ਹਾਂਜੀ ਭਾਈ ਜਾਂਦੇ ਨੇ ਜੀ ਟਰੈਕਟਰ ਫਿਲਮਾਂ 'ਚ ਵੀ ਜਾਈ ਜਾਂਦੇ ਨੇ ਜੀ ਸੌਂਗ ਪੰਜਾਬੀ 'ਚ ਵੀ ਜਾਈ ਜਾਂ ਕਾਫੀ ਮਿਲ ਕੋ ਜਿੱਦਾਂ ਕੋਈ ਕਾਮੇਰ ਖਾਨ ਦੀ ਫਿਲਮ ਆ ਰਹੀ ਜੀ ਲਾਲ ਸਿੰਘ ਝੱਡਾ ਉਹ ਜੀ ਵੀ ਬੰਟ੍ਰੈਕਟਰ ਆ ਰਹੇ ਨੇ ਇੱਕ ਜਿਹਨਾਂ ਦੀ ਆ ਰਹੀ ਆ ਉਹਦੇ ਜੀ ਵੀ ਟਰੈਕਟਰ ਆਪਣੇ ਲੱਗੇ ਹੋਏ ਨੇ ਜੀ ਹਾਂਜੀ ਜੀ ਮਤਲਬ ਜਿੱਦਾਂ ਇੱਥੇ ਵੀ ਚੱਲਦੀ ਹੋਣੀ ਛੋਟੀਆਂ ਜਿੱਦਾਂ ਹਰ ਹਰਕੀ ਪੰਜਾਬੀ ਸੌਂਗ ਦੀ ਚੱਲੀ ਜਾਂਦੀ ਹੈ ਜੀ ਆਪਣੇ ਹਾਂਜੀ ਜੀ ਇੱਥੇ ਤੇਰੇ ਨਾਲ ਹੋਰ ਕੀ ਕੀ ਤੁਸੀਂ ਦੱਸ ਰਹੇ ਸੀ ਕਿ ਜਿੱਦਾਂ ਕਿ ਇੱਕ ਬੈਂਕਟ ਹਾਲ ਵੀ ਕਹਿ ਸਕਦੇ ਤੁਸੀਂ ਹੁਣ ਦੁਬਾਰਾ ਬਣਾਇਆ ਨਾ ਟਾਬਾ ਜੀ ਆਪਣਾ ਇੱਥੇ ਤੇ ਇੱਕ ਛੋਟਾ ਬੈਂਕਟ ਹਾਲ ਬਣਾਇਆ ਵੇ 250 ਬੰਦੇ ਤੱਕ ਜਿਹਨੇ ਵਿਆਹ ਸ਼ਾਦੀ ਕਰਨੀ ਹੋਵੇ ਬਾਕੀ ਪ੍ਰੀ ਵੈਡਿੰਗ ਵਾਲਾ ਵਿਆਹ ਸ਼ਾਦੀਆਂ ਫੋਟੋਆਂ ਵਗੈਰਾ ਕਰਨੀਆਂ ਕਿਸੇ ਨੇ ਜੀ ਹਾਂਜੀ ਬਾਕੀ ਕੋਈ ਛੋਟਾ ਮੋਟਾ ਗਾਣਾ ਛੂਟ ਕਰਨਾ ਜੀ ਉਹ ਵੀ ਬਣਿਆ ਮਤਲਬ ਹੌਲੀ ਹੌਲੀ ਤੁਸੀਂ ਕਾਰੋਬਾਰ ਨੂੰ ਵਧਾ ਰਹੇ ਹੋਗੇ ਹਾਂਜੀ ਹਾਂਜੀ ਹੌਲੀ ਹੌਲੀ ਜਿਹਾ ਜਿਹਾ ਪਹਿਲਾਂ ਤਾਂ ਸਮਝੋ ਸਰੀ ਜੇ ਸ਼ੌਂਕ ਵਾਸਤੇ ਸੀ ਜੀ ਹੁਣ ਹੌਲੀ ਹੌਲੀ ਗਾਹਾਂ ਤੇ ਗਾਹ ਜਾਣ ਲੱਗੀਆਂ ਰੈਂਟ ਤੇ ਚਲੋ ਸ਼ੌਂਕ ਵੀ ਹੋ ਗਿਆ ਨਾਲ ਚੋ ਜਿਓ ਵਿਚਾਰ ਪੈ ਹੀ ਬਣਨ ਲੱਗੇ ਜੀ ਇੱਕ ਵੀਰੇ ਵੱਡੀ ਚੀਜ਼ ਹੁੰਦੀ ਹੈ ਜਦੋਂ ਆਪਣੀ ਚੀਜ਼ ਨੂੰ ਹੰਘਾਰਾ ਵਧੀਆਂ ਮਨ ਲੱਗ ਜਾਏ ਹੁੰਦਾ ਵੀ ਚਲੋ ਆਪਾਂ ਅੱਗੇ ਵੀ ਇਹ ਬ੍ਰਾਂਚ ਨਵੀਂ ਖੋਲੀ ਕੋਈ ਐਦਾਂ ਦਾ ਤੁਹਾਡਾ ਹੈ ਆਈਡੀਆ ਵੀ ਕਿਸੇ ਪਾਸੇ ਹੋ ਤੇ ਹੁਰਪਾ ਸਾਡਾ ਕੋਈ ਬਈ ਵਾਲੇ ਖਾਸ ਰਾਤਾਂ ਨਹੀਂ ਖੁੱਲਣ ਦਾ ਹਾਂਜੀ ਜ਼ਿਆਦਾਤਰ ਹੁਣ ਇੱਥੇ ਫਿਰ ਸਮਾਂ ਤੁਸੀਂ ਹੁੰਨੇ ਹੋ ਇੱਥੇ ਜਾਂ ਹੋਰ ਵੀ ਮੈਂ ਹੁੰਦਾ ਜੀ ਮੇਰੇ ਪਾਪਾ ਹੁੰਦੇ ਨੇ ਸੁਪਰੀ ਦਾਦਾ ਜੀ ਵੀ ਹੁੰਦੇ ਨੇ ਜੀ ਮੈਂ ਹਾਂਜੀ ਛੋਟਾ ਭਾਈ ਬਾਰੇ ਸਾਰਾ ਪਰਿਵਾਰ ਮਿਲ ਕੇ ਢਾਬਾ ਚਲਾਉਂਦੇ ਆਸੀਂ ਕੀ ਬਾਤ ਆ ਬਾਈ ਵੱਡੀ ਜਿਹੜਾ ਪਰਿਵਾਰ ਦਾ ਜਦ ਕਹਿੰਦਾ ਕਿ ਉਦਾਂ ਹੀ ਬਰਕਤ ਹੋ ਜਾਂਦੀ ਆ ਜਦ ਸਾਰੇ ਰਲ ਕੇ ਇੱਕ ਚੀਜ਼ ਵੱਲ ਹੋ ਲੈਣ ਤਾਂ ਸਿੱਧੀ ਜੀ ਗੱਲ ਆ ਕਿ ਬੰਦਾ ਸਫਲਤਾ ਹੋਊਗੀ ਹਾਂਜੀ ਹਾਂਜੀ ਬਾਈ ਜੀ ਸੋ ਬਾਈ ਧੰਨਵਾਦ ਸਮਾਂ ਦੇਣ ਲਈ ਅਸੀਂ ਤੁਰ ਫਿਰ ਕੇ ਅਸੀਂ ਹੋਰ ਵੀ ਚੀਜ਼ਾਂ ਵਿਖਾਉਣੇ ਸਰ ਤਦਾਂ ਕਿ ਜਹਾਜ਼ ਦੀ ਗੱਲ ਕਰ ਲਈ ਹੈ ਨਾ ਵੀਰੇ ਮਤਲਬ ਇਹ ਕਿਥੋਂ ਆਈ ਆਈਆ ਹੈ ਨਾ ਵੀ ਜਹਾਜ਼ ਵੀ ਵਾਈਫ ਸੀ ਘਰੋਂ ਨਾ ਦੂਜੀ ਸੂਂਡ ਕੱਕਾ ਪਾਇਆ ਸੀ ਜੀ ਮੋਟਰ ਦਾ ਉਹ ਜਿਹੜਾ ਪਾਇਪ ਜੇ ਬੱਚੇ ਸੀ ਉਹਦਾ ਤਾਂ ਸੀ ਕੱਢ ਕੇ ਜਿਹੜਾ ਬਿਲਡਿੰਗ ਅਸੀਂ ਬਿਸਤਰੀ ਆਪਣੀ ਲਾਇਆ ਹੋਇਆ ਅੱਛਾ ਜੀ ਤੇ ਕੋਈ ਵੀ ਚੀਜ਼ ਹੈ ਦੇਖੇ ਉਹਨੇ ਆਪੇ ਬਣਾ ਦਿੰਨੇ ਆ ਜਿਆਕੀ ਕੀ ਕਿਆ ਬਾਤ ਆ ਬਾਈ ਉਹਨਾਂ ਨੇ ਕਹਿ ਲੀ ਕਿ ਜਗਾੜ ਜਿਹੜਾ ਸਾਰਾ ਨਾ ਘਰ ਦੀ ਬਣਾਇਆ ਹੋਇਆ ਸਿਸਟਮ ਉਹੀ ਤੇ ਇੱਕ ਆਪਦੇ ਚੀਜ਼ਾਂ ਨਾਲ ਬਣਾਈਆਂ ਹੋਈਆਂ ਚੀਜ਼ਾਂ ਤੁਸੀਂ ਕਹਿ ਲਿਓ ਕਿ ਜਿਹੜੀਆਂ ਚੀਜ਼ਾਂ ਨੂੰ ਆਪਾਂ ਕਹਿ ਲਈ ਕਿ ਕਵਾੜ ਕਹਿ ਲਈ ਉਹਨਾਂ ਨੂੰ ਇਕੱਠਾ ਕਰਕੇ ਬਾਈਹੁਰਾ ਨੇ ਆਹ ਚੀਜ਼ ਬਣਾ ਦਿੱਤੀ ਹੈ ਨਾ ਸੋ ਤੁਹਾਨੂੰ ਦਿਖਾਵਾਂਗੇ ਕਿ ਪਿੱਛੇ ਸ਼ੂਟਿੰਗਾਂ ਵੈਰਿਆ ਵੀ ਚੱਲਦੀ ਨੇ ਹਰ ਇੱਕ ਉਹ ਚੀਜ਼ ਜਿੱਦਾਂ ਕਹਿ ਲਈ ਹੈ ਨਾ ਕਿ ਬਾਈਹੁਰਾ ਨੇ ਹੌਲੀ-ਹੌਲੀ ਕਰਕੇ ਇੱਕ ਉਹ ਵੀ ਚੀਜ਼ ਬਣਾ ਦਿੱਤੀ ਇੱਥੇ ਤੁਸੀਂ ਰੱਥ ਤਾਂਗੇ ਦੇਖ ਸਕਦੇ ਹੋ ਕਿ ਪੁਰਾਣੀਆਂ ਸਾਰੀਆਂ ਚੀਜ਼ਾਂ ਮਿਲਣ ਗਈਆਂ ਹਾਂ ਹਾਂ ਜੀ ਸੋ ਤੁਹਾਨੂੰ ਗੱਲਬਾਤ ਵੀ ਕਰਵਾਵਾਂਗੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬੜੀ ਪੰਨੀ ਜੀ ਕਿੱਥੋਂ ਆਏ ਜੀ ਅਸੀਂ ਫਤੇਗੜ ਸਾਫ ਤੋਂ ਆਏ ਹਾਂ ਸਬ ਤੋਂ ਸੀਤਾ ਲੱਗ ਗਈ ਹੋਂ ਇੱਥੇ ਹਨ ਮਤਲਬ ਇਦਾਂ ਕਹੇ ਸੀ ਕਿ ਨਗਦੇ ਵੜਦੇ ਇੱਥੇ ਹਾਜ਼ਰੀ ਜ਼ਰੂਰ ਲਵਾਉਣੀ ਓਟਾਪੇ ਤੇ ਜ਼ਰੂਰ ਲਵਾਣੀ ਲਵਾਣੀ ਹੈ ਅੱਛਾ ਕਿਦਾਂ ਕਿਦਾਂ ਦਾ ਮਤਲਬ ਲੱਗਦਾ ਹਨਾ ਇੱਕ ਕਿਸੇ ਚੀਜ਼ ਦਾ ਸਵਾਦ ਹੁੰਦਾ ਬਾਈ ਆਹ ਚੀਜ਼ ਇਹਨਾਂ ਦੀ ਸਭ ਤੋਂ ਬੈਸਟ ਆ ਤਾਂ ਤੁਹਾਨੂੰ ਕੀ ਲੱਗਦੀ ਹੈਗੀ ਜਿਵੇਂ ਇਹਨਾਂ ਦੀ ਚਾਹ ਦਾ ਬਹੁਤ ਸਵਾਦ ਹੈ ਚਾਹ ਹਰ ਬੰਦਾ ਕਹਿੰਦਾ ਹਨਾ ਚਾਹ ਇਹਨਾਂ ਦੀ ਚਾਹ ਦਾ ਜੈਕਾ ਹੀ ਕੁਝ ਹੋਰ ਹੈ ਮਤਲਬ ਗੁੜ ਦੀ ਚਾਹ ਹੈਗੀ ਹੈ ਨਹੀਂ ਚਾਹ ਹੈਗੀ ਹੈਗੀ ਪੱਲਾ ਵੀ ਸਿੰਘ ਮਾਲਾ ਕੀਤਾ ਕਿ ਕਿਤੇ ਨਾ ਬਾਈ ਕਹਿੰਦਾ ਬਈ ਚਾਹ ਦਾ ਬੜਾ ਚੰਗਾ ਸਵਾਦ ਆ ਉਹ ਅੱਜ ਕੱਲ ਆਪਾਂ ਘਰਾਂ 'ਚੋ ਚੀਜ਼ਾਂ ਲੋਪ ਹੋ ਗਈ ਗੋੜ ਆਪਣੇ ਤਾਂ ਹੈ ਨਹੀਂ ਗਾ ਇਹ ਲੋਪ ਹੋ ਗਿਆ ਜਨਾਨੀਆਂ ਨਹੀਂ ਬਣਾਉਂਦੇ ਰੋਕੀ ਪਰ ਇੱਥੇ ਅਸੀਂ ਆ ਕੇ ਜ਼ਰੂਰ ਪੀ ਕੇ ਜਾਂਦੇ ਆ ਸੋ ਬਾਈ ਹੋਰਾਂ ਨੇ ਸਾਨੂੰ ਇੱਕ ਗੱਲ ਦੱਸੀ ਸੀ ਕਹਿੰਦੇ ਜਿਹੜਾ ਗੁੜਾ ਉਹਨਾਂ ਦਾ ਘਰ ਦੇ ਹੀ ਹੁੰਦਾ ਕਹਿੰਦੇ ਅਸੀਂ ਬਾਹਰੋਂ ਨਹੀਂ ਲੈਂਦੇ ਉਹ ਚੀਜ਼ ਅਸੀਂ ਕੋਲ ਖੜ ਕੇ ਸੁੱਧ ਤੇ ਤਿਆਰ ਕਰਵਾਉਂਦੇ ਉਹ ਚੀਜ਼ ਆਪਣਾ ਹਾਂ ਫਰਕ ਹੈ ਜੀ ਉਹਦੇ ਗੁੜ ਦੇ ਵਿੱਚ ਵੀ ਚੀਜ਼ ਕਹਿ ਸਕਦੇ ਕਹਿ ਸਕਦੇ ਆਪਾਂ ਧੰਨਵਾਦ ਲਈ ਸੋ ਜੀ ਥੈਂਕ ਯੂ ਬਿਲਕੁਲ ਜੀ ਵੇਖ ਸਕਦੇ ਹੋ ਕਿ ਨਾ ਇੱਕ ਸਵਾਦ ਚਾਹ ਨਾਲ ਹੀ ਲੈਂਦੇ ਆ ਹਨਾ ਕਿ ਗੁੜ ਦੀ ਚਾਹ ਅੱਜ ਕੱਲ ਨਹੀਂ ਮਿਲਦੀ ਜਦਾਂ ਕਿ ਅਸੀਂ ਬੇਸ਼ੱਕ ਅਸੀਂ ਉਹ ਚੀਜ਼ ਵੱਲ ਹੋ ਗਏ ਆ ਕਿ ਖੰਡ ਚੀਨੀ ਉਹ ਚੀਜ਼ਾਂ ਵੱਲ ਹੋ ਗਏ ਆ ਪਰ ਜਿਹੜਾ ਗੁੜ ਦਾ ਸਵਾਦ ਹਨਾ ਉਹ ਗੁੜ ਦੀ ਸਵਾਦ ਹੋ ਸਕਦਾ ਤੁਸੀਂ ਅੱਗੇ ਵੀ ਤੁਹਾਨੂੰ ਵਿਖਾਵਾਂਗੇ ਆਓ ਮੇਰੇ ਨਾਲ ਕਿ ਕਿਦਾਂ ਹਰ ਇੱਕ ਉਹ ਚੀਜ਼ ਤੁਸੀਂ ਕਾ ਚੀਜ਼ ਮੈਨੂੰ ਬੜੀ ਵੱਖਰੀ ਲੱਗੀ ਨਾ ਕਿ ਵਾਈ ਉਹਨਾਂ ਨੇ ਇੱਕ ਪੁਲ ਟਾਇ ਬਣਾਤਾ ਹਲੇ ਕਿਸ ਰਸਤਾ ਸਦਾ ਹੀ ਬਣਾ ਸਕਦੇ ਸੀਗੇ ਪਰ ਉਹ ਚੀਜ਼ ਹਰ ਇੱਕ ਚੀਜ਼ ਨੂੰ ਵੱਖਰੀ ਦਿਖਦੇਣ ਦੇ ਲਈ ਇਹਨਾਂ ਨੇ ਹਰ ਉਹ ਕਦਮ ਚੱਕਿਆ ਕਿ ਕਿੱਥੋਂ ਕਿਹੜੀ ਚੀਜ਼ ਹੋ ਸਕਦੀ ਹੈਗੀ ਹਨ ਸੋ ਖੂਬਸੂਰਤ ਮੈਂ ਤਾਂ ਕਹਿੰਦਾ ਨਜ਼ਾਰਾ ਤੁਹਾਨੂੰ ਅੱਜ ਵਖਾਵਾਵਾਂਗੇ ਵੈਸੇ ਬਾਈ ਹੁਣੇ ਕਿਸੇ ਜਾਨ ਪਛਾਣ ਦੇ ਮਹਤਾਜ ਨਹੀਂ ਹੈਗੇ ਕਿਉਂਕਿ ਹਰ ਬੰਦਾ ਇੱਥੇ ਰੁੱਕੇ ਜਾਂਦਾ ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਵਿਖਾਵਾਂਗੇ ਉਹ ਸ਼ਾਇਦ ਕਿਸੇ ਨੇ ਨਾ ਵੇਖੀਆਂ ਹੁਣ ਕਿਉਂਕਿ ਪਿੱਛੇ ਥੋੜਾ ਹਟ ਕੇ ਬਾਈ ਹਰੋ ਨੇ ਦੱਸਿਆ ਸੀ ਕਿ ਕਿੰਨੇ ਟਰੈਕਟਰ ਕਿੰਨੇ ਰੱਥ ਤਾਂਗੇ ਹਰ ਇੱਕ ਉਹ ਚੀਜ਼ ਇਹ ਬਾਈ ਹਰੋ ਨੇ ਰੱਖੀ ਹੋਈ ਆ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਨਾਲ ਇਹ ਉਹ ਰੱਥ ਹਨ ਰੱਥ ਤਾਂਗੇ ਇੱਕ ਗੱਡੀ ਮਤਲਬ ਇਹ ਵੀ ਬਾਈ ਹਰੋ ਨੇ ਘੜੀ ਤਿਆਰ ਕੀਤੀ ਹੋਣੀ ਆ ਸਿਸਟਮ ਸਾਰਾ ਆ ਚੀਜ਼ਾਂ ਲੈ ਇਹ ਨਜ਼ਾਰਾ ਯਾਰ ਆਪਾਂ ਨੂੰ ਨਹੀਂ ਮਿਲਦਾ ਹਨ ਕਿਤੇ ਚੀਜ਼ਾਂ ਨੂੰ ਵੇਖਣ ਨੂੰ ਪਰ ਇੱਥੇ ਸੱਚੀ ਕਹਿਣਾ ਕਿ ਮਨ ਖੁਸ਼ ਹੋ ਗਿਆ ਬਾਈ ਹੋਰਾਂ ਦੀ ਆ ਮਿਹਨਤ ਵੇਖ ਕੇ ਹਨਾ ਕਿ ਕਿੱਦਾਂ ਉਹਨਾਂ ਨੇ ਚੀਜ਼ ਨੂੰ ਸੰਭਾਲਿਆ ਰੱਥ ਤਾਂਗੇ ਪਿੱਛੇ ਇੱਕ ਗੱਡੀ ਹੁੰਦੀ ਸੀ ਮੈਨੂੰ ਲੱਗਦਾ ਉਹ ਹੁਣ ਜ਼ਿਆਦਾਤਰ ਜਿੰਨਾ ਕਿ ਲਈ ਨਾ ਕਿ ਪਿੰਡਾਂ ਦੇ ਵਿੱਚ ਆਪਣੇ ਗੱਡੀਆਂ ਵਾਲੇ ਕਹਿੰਦੇ ਉਹਨੂੰ ਉਹਨਾਂ ਲਵੇ ਹੁੰਦੀਆਂ ਸੀ ਆ ਲੋਪ ਹੋ ਗਈਆਂ ਚੀਜ਼ਾਂ ਪਰ ਆ ਦੇਖ ਬਾਈ ਹੋਰਾਂ ਨੇ ਕਿੱਡੀ ਉਹ ਪਿੱਤਲ ਲੱਗਿਆ ਹੁੰਦਾ ਸੀ ਤੇ ਹੁਣ ਵੀ ਸ਼ਾਇਦ ਉਹ ਚੀਜ਼ਾਂ ਲੱਗੀਆਂ ਹੋਈਆਂ ਨੇ ਇਹਦੇ ਤੇ ਬੜੀਆਂ ਖੂਬਸੂਰਤ ਕਹਿ ਸਕਦੇ ਆ ਕਿ ਚੀਜ਼ਾਂ ਬਾਈ ਹੋਰਾਂ ਨੇ ਖਜ਼ਾਨਾ ਕਹਿ ਲਈਏ ਕਿ ਇੱਕ ਵੱਡਾ ਖਜ਼ਾਨਾ ਰੱਖਿਆਗਾ ਸੋ ਅੱਗੇ ਵੀ ਤੁਹਾਨੂੰ ਵਿਖਾਵਾਂਗੇ ਅਕਸਰ ਅੱਜਕੱਲ੍ਹ ਵਿਆਹਾਂ ਦਾ ਇੱਕ ਚੀਜ਼ ਹੁੰਦੀ ਹੈ ਕਿ ਵਿਆਹ ਤੋਂ ਪਹਿਲਾਂ ਇੱਕ ਪ੍ਰੀ-ਵੈਡਿੰਗ ਕੀਤੀ ਜਾਂਦੀ ਹੈ। ਅਗਰ ਤੁਸੀਂ ਸੋਚ ਰਹੇ ਹੋ ਵੀ ਪ੍ਰੀ-ਵੈਡਿੰਗ ਕਰਾਉਣੀ ਹੈ ਤਾਂ ਇੱਥੇ ਜ਼ਰੂਰ ਆਓ ਕਿਉਂਕਿ ਇੱਥੇ ਖਾਸ ਗੱਲ ਤੁਹਾਨੂੰ ਦੱਸ ਦਈਏ ਕਿ ਇੱਥੇ ਪ੍ਰੀ-ਵੈਡਿੰਗ ਦੇ ਨਾਲ-ਨਾਲ ਸਾਨੂੰ ਖਾਣ ਦਾ ਸਵਾਦ ਵੀ ਆਊਗਾ ਤੇ ਪ੍ਰੀ-ਵੈਡਿੰਗ ਵੀ ਸਾਡੀ ਹੋ ਜਾਊਗੀ ਹੈਨਾ ਕਿਉਂਕਿ ਹਰ ਚੀਜ਼ ਇੱਥੇ ਹੈਗੀ ਹੈਗੀ ਉਹ ਟਰੈਕਟਰ ਇੱਕ ਪੁਰਾਣੇ ਟਰੈਕਟਰ ਪੁਰਾਣੇ ਮੰਜੇ ਤੁਸੀਂ ਵੇਖ ਸਕਦੇ ਹੋ ਕਿ ਵਾਈਲਾਰਸ ਨਾਲ ਟਰੈਕਟਰ ਡੀਟੀ 23 ਇਹ ਤਾਂ ਮੈਨੂੰ ਤਾਂ ਲੱਗਦਾ ਇਹਨਾਂ ਦਾ ਚੀਜ਼ਾਂ ਦੀ ਸਮਝ ਹੀ ਨਹੀਂ ਕਿਸੇ ਨੂੰ ਹੋਣੀ ਹੈ ਨਾ ਕਿ ਕਿ ਕਿੱ ਇਹ ਕਹਿ ਲੀਏ ਕਿ ਬਾਈ ਹੁਣਾਂ ਨੇ ਇਹ ਚੀਜ਼ ਖਜ਼ਾਨੇ ਇਹ ਵੀ ਸੰਭਾਲ ਲਏ ਆਗੇ ਹਨ ਉਹ ਟੈਂਪੂ ਕਹ ਲਈਏ ਚਲੋ ਚੱਲਦੇ ਹੁਣ ਤਾਂ ਕਿਤੇ ਕਿਤੇ ਮਿਲ ਲਗੇ ਮੁੱਲਦਾ ਕਿ ਪ੍ਰਾਣੀ ਆ ਚੀਜ਼ਾਂ ਤੇ ਸਾਨੂੰ ਜ਼ਰੂਰ ਮਿਲ ਜਣਗੇ ਕਿਤੇ ਪ੍ਰਾਣੇ ਸ਼ਹਿਰਾਂ ਦੇ ਵਿੱਚ ਚੱਲਦੇ ਹੁਣੇ ਪਰ ਉਹ ਵੀ ਚੀਜ਼ ਬਾਈ ਹੁਣਾਂ ਨੇ ਖਿਲਾਰ ਕੇ ਰੱਖ ਜੀ ਕਿਉਂਕਿ ਜੇ ਅੱਜ ਚੱਲਦੇ ਆ ਤਾਂ ਕੁਝ ਸਮੇਂ ਬਾਅਦ ਇਹ ਵੀ ਸਾਨੂੰ ਚੀਜ਼ਾਂ ਇਦਾਂ ਹੀ ਵੇਖਣ ਨੂੰ ਮਿਲਣਗੇ ਵੀ ਆਹ ਵੀ ਚੀਜ਼ਾਂ ਹੁੰਦੀਆਂ ਸੀ ਕੀ ਬਾਤ ਆ ਬਾਈ ਹੁਣਾਂ ਨੇ ਨਾ ਇਹ ਇੱਕ ਛੂਟੇ ਵੀ ਛੋੜੇ ਲੈ ਲੀਏ ਨਾ ਕਿਉਂਕਿ ਜੀਪੀਆਂ ਪਈਆਂ ਹੋਈਆਂ ਹਨਾ ਤੇ ਅੱਜ ਆ ਚੀਜ਼ ਬਾਈ ਹੋਰਾਂ ਨੇ ਆ ਬਣਾ ਦਿੱਤੀ ਹਨਾ ਇੱਥੇ ਮੈਨੂੰ ਇੱਕ ਗੀਤ ਵੀ ਯਾਦ ਆਉਂਦਾ ਕਿ ਗੀਤ ਹੁੰਦਾ ਸੀ ਬਾਈ ਹੋਰਾਂ ਦਾ ਕਿ ਆ ਜਾ ਭਾਬੀ ਝੂਟਲਾ ਪਿੰਗ ਖੋਲਾ ਰੇ ਲੈਂਦੀ। ਕਿਆ ਬਾਤ ਹੈ ਸੱਚਾ ਸੱਚ ਮਾਨ ਖੁਸ਼ ਹੋ ਗਿਆ ਕਹਿ ਸਕਦੇ ਅਸੀਂ ਇੱਥੋਂ ਬੜੀ ਬਾਈ ਹੋਰਾਂ ਨੂੰ ਇੱਛਾ ਸੀ ਕਿ ਕਦੋਂ ਬਾਈ ਹੋਰਾਂ ਨੂੰ ਮਿਲੀਏ ਤਾਂ ਅੱਜ ਉਹ ਮੈਨੂੰ ਲੱਗਦਾ ਸਾਡੀ ਪੂਰੀ ਹੋ ਗਈ। ਪਿੰਗਾ ਪਾਈਆਂ ਬਾਈ ਹੋਰਾਂ ਨੇ ਉਹ ਟੈਂਪੂ ਨੂੰ ਦੱਸਿਆ ਸੀ ਕਿ ਹਨਾ ਕੋਲਾ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਆ ਸਿੱਧੇ ਸ਼ਬਦਾਂ ਦੀ ਗੱਲ ਕਰ ਲਈ ਤਾਂ ਆਪਾਂ ਕਹਿੰਦੇ ਆ ਭੂਂਡ ਸੋ ਇਹ ਅੱਜ ਕੱਲ੍ਹ ਕਈ ਚੱਲਦੇ ਵੀ ਆ ਕਿਤੇ ਪਰ ਮੈਨੂੰ ਲੱਗਦਾ ਥੋੜੇ ਜਿਹੇ ਸਮੇਂ ਦੇ ਵਿੱਚ ਵੀ ਸਾਨੂੰ ਇਦਾਂ ਹੀ ਵੇਖਣ ਨੂੰ ਮਿਲਣਗੇ ਉਹ ਸੰਦੂਖ ਦੇਖ ਲਓ ਪੁਰਾਣਾ ਹਨਾ ਸੰਦੂਖ ਢੀ ਬਹੁਤੇ ਘਰਾਣੇ ਸਹ ਦੇ ਚੀਜ਼ ਨੂੰ ਸੰਭਾਲਿਆ ਹੋਵੇ ਪਰ ਬਾਈ ਉਹਨਾਂ ਨੇ ਇਹ ਚੀਜ਼ਾਂ ਨੂੰ ਵੀ ਜਦਾਂ ਕਹਿੰਦੀ ਇਹ ਸੰਭਾਲ ਕੇ ਰੱਖਿਆ ਗਿਆ ਪੁਰਾਣੇ ਕੱਚੇ ਘਰ ਕਬੂਤਰਾਂ ਦੀ ਉਹ ਛਤਰੀ ਅੰਟੀਨੇ ਤੁਸੀਂ ਅੱਗੇ ਉਹਨਾਂ ਅੰਦਰ ਦਾ ਥੋੜਾ ਨਜ਼ਾਰਾ ਵੀ ਵਿਖਾਵਾਂਗੇ ਨਾ ਸਕੂਟਰ ਕਹਿ ਲਈ ਆਪਾਂ ਲੰਮਰੇਟਾ ਸਕੂਟਰ ਬਹੁਤ ਨੇ ਚਲਾਇਆ ਹੋਣਾ ਮੈਨੂੰ ਲੱਗਦਾ ਕਿ ਹਰ ਬੰਦੇ ਨੇ ਜਿਹੜੀਆਂ ਕਿਹਾ ਕਿ ਜਿਹੜੀਆਂ ਸੱਟਾਂ ਸਕੂਟਰ ਤੋਂ ਖਾਦੀਆਂ ਹੋਣਗੀਆਂ ਉਹ ਯਾਦ ਹੋਣੀਆਂ ਹਰ ਬੰਦੇ ਦੇ ਹਨ ਵੀ ਸਕੂਟਰ ਤੋਂ ਜਾਂ ਡਿੱਗ ਕੇ ਸੱਟ ਖਾਦੀ ਸੀ ਤੁਸੀਂ ਵੇਖ ਸਕਦੇ ਹੋ ਕਿ ਆ ਚੀਜ਼ਾਂ ਹਨ ਇੱਕ ਜੰਗੀ ਸਮਾਨ ਵੀ ਵਾਈਹੂਰੀ ਰੱਖੀ ਬੈਠਿਆ ਕਿਆ ਬਾਤ ਟੋਪਾ ਵੀ ਵਾਈਹੂਰਾਂ ਨੇ ਖਲਾ ਰੱਖੀਆਂ ਨੇ ਹਰੋ ਚੀਜ਼ ਨੂੰ ਤੁਸੀਂ ਕਹਿ ਸਕਦੇ ਹੋ ਕਿ ਅੰਦਰ ਦਾ ਤੁਹਾਨੂੰ ਪ੍ਰੀ-ਵੈਡਿੰਗ ਕਿਸੇ ਨਾ ਕਰਨੀ ਹੋਵੇ ਤਾਂ ਉਹ ਅੰਦਰ ਦਾ ਨਜ਼ਾਰਾ ਸਪੀਕਰ ਲੱਗੇ ਆਗੇ ਉੱਪਰ ਕੋਠੇ ਤੇ ਸਪੀਕਰ ਲਾਈ ਰੱਖਣਾ ਉਹ ਵੀ ਚੀਜ਼ ਤੁਹਾਨੂੰ ਦੇਖੂਗੀ ਕਿ ਲਾਲ ਟੰਗੀਆਂ ਟੰਗੀਆਂ ਹੋਈਆਂ ਨੇ ਹਨਾ ਚਰਖੇ ਅੰਦਰ ਉਹ ਵੀ ਤੁਹਾਨੂੰ ਹਰ ਚੀਜ਼ ਵਿਖਾਵਾਂਗੇ ਕਿ ਚਰਖੇ ਅੰਦਰ ਪਹਿਨੇ ਹੋਏ ਹੋਰ ਤੁਹਾਨੂੰ ਅੰਦਰ ਦੀ ਤੁਹਾਨੂੰ ਉਹ ਨਜ਼ਾਰਾ ਵਿਖਾਉਣੇ ਆ ਜਿਨ੍ਹਾਂ ਨੂੰ ਆਪਾਂ ਭੁੱਲ ਗਏਾਂਗੇ ਆਹ ਟੀਵੀ ਇਹ ਮੈਨੂੰ ਲੱਗਦਾ ਕਿ ਬਹੁਤਾਂ ਲਵੇ ਇਹ ਚੀਜ਼ ਵੇਖੀ ਨਹੀਂ ਹੋਣੀ ਆ ਜਿੱਦਾਂ ਕਹਿ ਲਈ ਇੱਕ ਆਪਾਂ ਰਿਕਾਰਡਰ ਹੁੰਦੇ ਸੀਗੇ ਘਰਾਂ ਦੇ ਵਿੱਚ ਰੱਖੇ ਹੁੰਦੇ ਸੀਗੇ ਕਿਸੇ ਕਿਸੇ ਨੇ ਇਹ ਚੀਜ਼ ਨੂੰ ਵਿਰਸਾ ਨੂੰ ਸੰਭਾਲਿਆ ਹੋਊਗਾ ਟੀਵੀ ਵੇਖ ਸਕਦੇ ਹੋ ਤੁਸੀਂ ਰੇਡੀਓ ਉਹ ਯੂਨਿਟ ਆਪਾਂ ਵੱਡੀ ਕਹਿ ਲਈ ਹੈ ਨਾ ਕਿਤੇ-ਕਿਤੇ ਚੱਲਦੀ ਹੋਊਗੀ ਉਹ ਚਰਖੇ ਆਪਾਂ ਲਾ ਲਈਏ ਹਰ ਇੱਕ ਚੀਜ਼ ਨੂੰ ਬਾਈ ਉਹਨਾਂ ਨੇ ਚੁੱਲ੍ਹੇ ਚਰਖੇ ਹਰ ਇੱਕ ਚੀਜ਼ ਨੂੰ ਸੰਭਾਲਿਆ ਇੱਕ ਵਿਰਸਾ ਸੰਦੂਖ ਆ ਚੱਕੀ ਦੇਖ ਲਓ ਹਨਾ ਪੁਰਾਣੀ ਚੱਕੀ ਚੱਲਦੀ ਹੁੰਦੀ ਸੀ ਇਹ ਆ ਸੰਦੂਖ ਬੱਡੇ ਸੰਦੂਖ ਹੁੰਦੇ ਸੀਗੇ ਦਾਣਾ ਸ਼ੀਸ਼ੇ-ਸ਼ੂਸ਼ੇ ਲੱਗੇ ਹੁੰਦੇ ਸੀ ਇਹਨਾਂ ਤੇ ਹੁਣ ਵੀ ਆਪਾਂ ਵੇਖ ਸਕਦੇ ਹਾਂ ਕਿ ਸ਼ੀਸ਼ੇ ਵੀ ਲੱਗੇ ਆ ਇਹਨਾਂ ਤੇ ਨੀਂਨਾ ਕਾਰੀ ਬੜੀ ਜ਼ਬਰਦਸਤ ਹੁੰਦੀ ਸੀਗੀ ਇਹਨਾਂ ਦੀ ਸੋ ਇੱਕ ਵੱਡੀ ਗੱਲ ਹੈ ਕਿ ਸਾਨੂੰ ਮਿਸਤਰੀ ਰੱਖਾ ਸਿੰਘ ਮਰਿੰਡਾ ਟੋਡਰ ਟੋਡਰਪੁਰ ਵਾਲੇ ਕਹਾਵਾ ਦਾ ਇਹ ਉਹਨਾਂ ਦਾ ਰੱਖਾ ਸਿੰਘ ਹੋਣਾ ਨਹੀਂ ਕਿਸੇ ਸਮੇਂ ਦੇ ਵਿੱਚ ਇਹਨੂੰ ਬੜੀ ਖੂਬਸੂਰਤ ਤਰੀਕੇ ਨਾਲ ਬਣਾਇਆ ਸੀਗਾ ਅੱਜ ਵੀ ਉਹ ਨੀਂਨਾ ਕਾਰੀ ਇਹਨਾਂ ਦੀ ਵਿਖਾਈ ਦੇ ਰਹੀ ਹੈ ਕਿ ਮੁੱਲਾਂ ਦਾ ਕਿ ਇਹ ਚੀਜ਼ਾਂ ਹੁਣ ਲੋਪ ਹੋ ਗਈਆਂ ਨਹੀਂ ਵਿਖ ਰਹੀਆਂ ਇਹ ਚੀਜ਼ਾਂ ਗਈਆਂ ਕਿ ਮਿਸਤਰੀ ਰੱਖਾ ਸਿੰਘ ਮਰਿੰਡੇ ਵਾਲੇ ਟੋਡਰਪੁਰ ਵਾਲਿਆਂ ਨੇ ਇਹ ਚੀਜ਼ ਨੂੰ ਬਣਾਈ ਸੀਗੀ ਸਲਾਮ ਆ ਬਾਈ ਉਹਨਾਂ ਦੀ ਨੀਂਨਾਕਾਰੀ ਨੂੰ ਸਲਾਮ ਆਗੀ ਕਿ ਚਿੱਤਰ ਵੀ ਬਣਾਏ ਗਏ ਨੇ ਗੁਰੂ ਸਾਹਿਬ ਉਹਨਾਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਈਆਂ ਗਈਆਂ ਨੇ ਸ਼ੀਸ਼ਾ ਲੱਗਿਆ ਸੀਗਾ ਸ਼ੀਸ਼ਾ ਹਲੇ ਤੱਕ ਵੀ ਲੱਗ ਰਿਹਾ ਹੈਗਾ ਸਾਡੇ ਕਿਹਨਾਂ ਰਸੋਈ ਘਰ ਤਾਂ ਇੱਕ ਹੋਰ ਸ਼ਿੰਗਾਰ ਹੁੰਦਾ ਸੀਗਾ ਡੋਰੀ ਕਹ ਲਏ ਇਹਨਾਂ ਨੂੰ ਡੋਲੀ ਸੋਰੀ ਇਹ ਚੀਜ਼ਾਂ ਹੁੰਦੀਆਂ ਸੀ ਕਿ ਇਹਦੇ ਵਿੱਚ ਆਪਾਂ ਜਦੋਂ ਸਮਾਨ ਰੱਖ ਦੇਣਾ ਕੋਈ ਵੀ ਖਾਣ ਪੀਣ ਵਾਲਾ ਸਮਾਨ ਤਾਂ ਰਸੋਈਆਂ ਦੇ ਵਿੱਚ ਅਕਸਰ ਮਿਲਦੀਆਂ ਹੁੰਦੀਆਂ ਸੀ ਹੁਣ ਤਾਂ ਰਸੋਈਆਂ ਵੀ ਸਾਡੀਆਂ ਮਾਡਰਨ ਹੋ ਗਈਆਂ ਚੀਜ਼ਾਂ ਨਹੀਂ ਨਹੀਂ ਵਿਖਾਈ ਦਿੰਦੀਆਂ ਪੀੜੇ ਵੀ ਵੇਖ ਲਿਓ ਤੁਸੀਂ ਕਿ ਨਿੱਕੀ ਜੀ ਹੋਰ ਵੀ ਬੜਾ ਕੁਝ ਚੀਜ਼ਾਂ ਲੱਕੜ ਦੀ ਪ੍ਰਾਂਤ ਕੀ ਬਾਤ ਆ ਬਾਈ ਹੁਣ ਹੈ ਨਾ ਹਾਰਾ ਥਲੇ ਹਾਰੇ ਦੀ ਦਾਲ ਜਿਹਨੇ ਖਾਧੀ ਹੈ ਨਾ ਉਹਨੂੰ ਪਤਾ ਹੋਊਗਾ ਵੀ ਹਾਰਾ ਕਿਆ ਚੀਜ਼ ਹੈ ਕਿ ਹੈ ਨਾ ਹਾਰੇ ਦਾ ਕਾੜ ਤੇ ਦੁੱਧ ਕਹਿ ਲਈ ਆਪਾਂ ਲੱਕੜ ਦੀ ਪ੍ਰਾਂਤ ਪਿੱਤਲ ਦੀ ਪ੍ਰਾਂਤ ਆਈ ਫਿਰ ਹੁਣ ਲੱਕੜ ਵੀ ਗਈ ਪਿੱਤਲ ਵੀ ਗਈ ਹੁਣ ਤਾਂ ਲੋਹਾ ਆ ਗਿਆ ਹਨਾ ਉਹ ਚੀਜ਼ਾਂ ਗਈਆਂ ਪੇਟੀ ਕਹਿ ਸਕਦੇ ਆਪਾਂ ਪੇਟੀਆਂ ਵੀ ਹੁਣ ਲੋਪ ਹੋ ਗਿਆ ਹੁੰਦਾ ਘਰਾਂ ਦੇ ਵਿੱਚ ਆਪਾਂ ਕਹਦੇ ਆ ਕਿ ਉਹ ਚੀਜ਼ਾਂ ਬਣੀਆਂ ਹੁੰਦੀਆਂ ਨੇ ਕੱਪ ਬੋਰਡ ਬਣੇ ਹੁੰਦੇ ਆਗੇ ਸਕੂਟਰ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਹਰ ਬੰਦੇ ਨੇ ਸੱਟਾਂ ਜ਼ਰੂਰ ਖਾਦੀਆਂ ਹੋਣਗੀਆਂ ਇਹਨਾਂ ਤੋਂ ਕਿਹਾ ਕਿ ਸਾਡੀ ਸ਼ੁਰੂਆਤ ਇੱਥੋਂ ਹੁੰਦੀ ਹੈਗੀ ਜਦੋਂ ਕੀ ਚੀਜ਼ਾਂ ਨੇ ਚੱਲਾ ਚੌਂਕਾ ਦੇਖ ਲਈ ਆਪਾਂ ਹਨਾ ਇਹ ਚੁੱਲੇ ਤੇ ਗੱਲੀਏ ਕਿ ਸਾਗ ਮੱਕੀ ਦੀ ਰੋਟੀ ਦਾ ਜਿਹੜਾ ਸਵਾਦ ਆ ਉਹ ਚੁੱਲੇ ਚੋਂ ਕਿਤੇ ਆਉਂਦਾ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਗੈਸ ਸਿਲੰਡਰਾਂ ਤੇ ਉਹ ਸਵਾਦ ਆਉਂਦਾ ਹੋਊਗਾ ਕਿਤੋਂ ਜਾਂ ਮਿਲਦਾ ਹੋਊਗਾ ਚੁੱਲੇ ਚੌਂਕਿਆਂ ਦੀ ਸਵਾਦ ਰਹਿ ਗਿਆ ਅਸਲੀ ਸੁਣੋ ਉਹ ਚੀਜ਼ ਹਰ ਖੇਤੀ ਦੇ ਔਜ਼ਾਰ ਹੋ ਗਏ ਮਸ਼ੀਨ ਟੋਕੇ ਵਾਲੀ ਮਸ਼ੀਨ ਹਨਾ ਇਹ ਸਭ ਤੋਂ ਪਹਿਲਾਂ ਹੁੰਦੀਆਂ ਸੀ ਕਿ ਇੱਕ ਸਿੰਗਲ ਚੱਕੇ ਵਾਲੀਆਂ ਮਸ਼ੀਨਾਂ ਹਨਾ ਫਿਰ ਸੋਧ ਹੋਈ ਫਿਰ ਡਬਲ ਚੱਕੇ ਵਾਲੀਆਂ ਆ ਗਈਆਂ ਇੰਜਨ ਵਾਲੀਆਂ ਆ ਗਈਆਂ ਇਹ ਹੱਥ ਨਾਲ ਮਸ਼ੀਨਾ ਚੱਲਦੀ ਹੁੰਦੀ ਸੀ ਕਿ ਜਦੋਂ ਇੱਕ ਮੈਂ ਤੁਹਾਨੂੰ ਇੱਕ ਬੜੀ ਖੂਬਸੂਰਤ ਗੱਲ ਦੱਸੂਗਾ ਕਿ ਜਦੋਂ ਇਹ ਮਸ਼ੀਨਾ ਚੱਲਦੀਆਂ ਸੀ ਤਾਂ ਜਰਮਨੀ ਸੀਗੀ ਹੁੰਦੇ ਕਿਉਂਕਿ ਜਦੋਂ ਇਹ ਬੰਦਾ ਗੇੜਦਾ ਸੀਗਾ ਤਾਂ ਸਾਰੇ ਸਰੀਰ ਦੀ ਐਕਸਰਸਾਈਜ਼ ਹੁੰਦੀ ਸੀ ਸੋ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸੀ ਪੂਰੇ ਫਿੱਟ ਹੁੰਦੇ ਸੀਗੇ ਨਾ ਕੋਈ ਦਵਾਈ ਨਾ ਕੋਈ ਬੁੱਟੀ ਆ ਚੀਜ਼ਾਂ ਹੁੰਦੀਆਂ ਸੀ ਹੁਣ ਜਿੰਮਾਂ ਨੇ ਇਹਨਾਂ ਦੀ ਥਾਂ ਲੈ ਲਈ ਪਰ ਆਪਾਂ ਜਿੰਮਾਂ ਦਾ ਸਮਝ ਜਾਰ ਦਿੰਦੇ ਨੇ ਪਰ ਇਹ ਚੀਜ਼ਾਂ ਵੱਲ ਨਹੀਂ ਧਿਆਨ ਦਿੰਦੇ ਉਹ ਚੀਜ਼ ਆਪਾਂ ਸਾਰੇ ਕੱਚੀਆਂ ਕੰਧਾਂ ਕਹਦੀਏ ਕਿ ਪਰੋਲੇ ਫੇਰੇ ਜਾਂਦੇ ਸੀ ਨਾ ਪਾਂਡੂ ਦੇ ਇਹਨਾਂ ਤੇ ਅਨਿੱਕੀ-ਨਿੱਕੀਆਂ ਟਾਕੀਆਂ ਵੇਖ ਦੇ ਵੇਖ ਸਕਦੇ ਹੋ ਤੁਸੀਂ ਕਿ ਖਿੜਕੀਆਂ ਦਰਵਾਜ਼ੇ ਪਾਂਡੂ ਦੇ ਪਰੋਲੇ ਫੇਰੇ ਜਾਂਦੇ ਕੱਚੀਆਂ ਕੰਧਾਂ ਸੁਣ ਇੱਕ ਖੇਤੀਬਾੜੀ ਦੇ ਔਜ਼ਾਰ ਬਾਈ ਹੋਰਾਂ ਦੇ ਹੋਰ ਬਖਾਵਾਂਗੇ ਕਿ ਤਵੀਆਂ ਤਵੀਆਂ ਵੀ ਤੁਹਾਨੂੰ ਦਿਖਾਵਾਂਗੇ ਕਿ ਬਲਦਾਂ ਨਾਲ ਚੱਲਣ ਵਾਲੀਆਂ ਤਵੀਆਂ ਹਨ ਉਹ ਸਾਰੇ ਔਜ਼ਾਰ ਤੁਸੀਂ ਜੀਪ ਪੁਰਾਣੀ ਦੇਖ ਲਓ ਆਹ ਨੇ ਉਹ ਤਵੀਆਂ ਜਿਹੜੀਆਂ ਬਲਦਾਂ ਦੇ ਨਾਲ ਚੱਲਿਆ ਕਰਦੀਆਂ ਸੀਆਂ ਜਦੋਂ ਖੇਤੀਬਾੜੀ ਦੇ ਬਹੁਤੇ ਔਜ਼ਾਰ ਨਹੀਂ ਸੀ ਹੁੰਦੇ ਤਾਂ ਬਲਦਾਂ ਦੇ ਨਾਲ ਜ਼ਿਆਦਾਤਰ ਖੇਤੀਬਾੜੀ ਕੀਤੀ ਜਾਂਦੀ ਸੀਗੀ ਇੱਥੇ ਬਹਿ ਕੇ ਮੂਰੇ ਬਲਦਾਂ ਦੇ ਨਾਲ ਗੱਲ ਦੇ ਵਿੱਚ ਪੰਜਾਲੀ ਪਾ ਕੇ ਚਲਾਈ ਜਾਂਦੀ ਸੀਗੀ ਇੱਥੇ ਕਿਸਾਨ ਇੱਥੇ ਬੈਠੇ ਹੁੰਦੇ ਸੀਗੇ ਛੇ ਤਵੀ ਛੇ ਤਵੀਆਂ ਕਹਿੰਦੇ ਸੀਗੇ ਇਹਨਾਂ ਨੂੰ ਸਾਰਾ ਦਿਨ ਖੇਤਾਂ ਦੇ ਵਿੱਚ ਬੜਾ ਖੁਸ਼ੀ ਤਵੀ ਦੇ ਨਾਲ ਬੰਦੇ ਦਾ ਦਿਨ ਵੀ ਚੰਗਾ ਲੰਘਦਾ ਸੀ ਔਰ ਸਰੀਰ ਦੀ ਵੀ ਕਹ ਲਈਏ ਕਿ ਵਰਜਸ ਹੁੰਦੀ ਸੀ ਤੁਹਾਨੂੰ ਮਸ਼ੀਨਾਂ ਵੀ ਆ ਗਈਆਂ ਔਰ ਦੁਖੀ ਬੰਦਾ ਥੋੜਾ ਜਿਹਾ ਬਿਜੀ ਹੋਰ ਹੋ ਗਿਆ ਪਹਿਲਾਂ ਮੈਨੂੰ ਲੱਗਦਾ ਇਹਨਾਂ ਵੀਜੀ ਪੰਨ ਸਾਇਦ ਫੇਰ ਵੀ ਤੁਸੀਂ ਇੱਕ ਤੁਹਾਨੂੰ ਹੋਰ ਬੜੀ ਸੋਹਣੀ ਚੀਜ਼ ਵਿਖਾਵਾਂਗੇ ਕਿ ਅੱਜ ਕੱਲ ਰੋਟਾਵੀਟਰ ਆ ਗਏ ਸੁਪਰ ਸੀਡਰ ਆ ਗਏ ਪਰ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੇ ਘੈਂਟ ਤੇ ਜਿਹੜੇ ਚੰਗੇ ਸੁਪਰ ਸੀਡਰ ਸੀ ਸਾਡੇ ਉਹ ਆ ਸੀਗੇ ਵਲਦਾਂ ਨਾਲ ਚੱਲਣ ਵਾਲੀ ਕਣਕ ਬੀਜਣ ਵਾਲੀ ਮਸ਼ੀਨ ਕਹਿ ਕਹਿ ਸਕਦੇ ਹਾਂਗੇ ਇਹ ਮੱਲਾ ਦਾ ਪੰਜਪੂਰੀ ਮਸ਼ੀਨ ਆਗੇ ਇੱਥੇ ਵੀ ਕਹਿੰਦੇ ਸੀਗੇ ਕਿ ਪੈਂਦਾ ਸੀਗਾ ਤੁਸੀਂ ਵੇਖ ਸਕਦੇ ਹੋ ਕਿ ਆ ਥੋੜੀਆਂ ਜਰ ਲੱਗਣ ਕਰਨ ਇਹ ਗਰਾਰੀਆਂ ਹੁਣ ਇਹਦੀਆਂ ਇੱਕ ਪਾਸੇ ਆਪਾਂ ਕਹਿ ਸਕਦੇ ਆ ਕਿ ਇੱਕ ਪਾਸੇ ਬੀ ਇੱਕ ਪਾਸੇ ਰੇ ਸੁਪਰ ਸੀਡਰਾਂ ਨੂੰ maat ਪਾਉਣ ਵਾਲੀ ਸੀਗੀ ਇਹ ਕਦੇ ਇਹ ਜਮਾਨਾ ਸੀਗਾ ਕਿਉਂਕਿ ਆਨੰਦ ਆਉਂਦਾ ਸੀਗਾ ਹਨਾ ਬੰਦੇ ਨੂੰ ਬੜਾ ਕਹਿ ਲਈਏ ਚਾਹੇ ਟਾਈਮ ਜ਼ਰੂਰ ਲੱਗਦਾ ਸੀਗਾ ਪਰ ਬੰਦੇ ਫਿਰ ਵੀ ਇੱਕ ਦੂਜੇ ਨੂੰ ਮਿਲਣਸਾਰ ਹੈਗੇ ਸੀਗੇ ਸਮਾਂ ਹੈਗੇ ਸੀਗਾ ਹੁਣ ਚਾਹੇ ਕਹਿ ਲਈ ਆਪਾਂ 10 ਘੰਟਿਆਂ ਦਾ ਕੰਮ ਅੱਧੇ ਘੰਟੇ ਵਿੱਚ ਹੁੰਦਾ ਸੁਪਰ ਸੀਡਰ ਨਾਲ ਪਰ ਟਾਈਮ ਅੱਜਕੱਲ ਕਹਿ ਲਈਏ ਫਿਰ ਵੀ ਬਹੁਤੇ ਬੰਨਿਆ ਲਵੇ ਨਹੀਂ ਹੁੰਦਾ ਅੰਦਰ ਤੁਹਾਨੂੰ ਵਿਖਾਵਾਂਗੇ ਸਕੂਟਰ ਮੋਟਰਸਾਈਕਲ ਤੇ ਬੰਬੂ ਕਾਟੋ ਪੁਰਾਣੇ ਯਾਰਾਂ ਦੀ ਯਾਰੀ ਦਾ ਇੱਕ ਤੁਹਾਨੂੰ ਸੀਨ ਹੋਰ ਵਿਖਾਵਾਂਗੇ ਹਨ ਸੋ ਸਾਡੇ ਨਾਲ ਵੀਰ ਹੋਰਾਂ ਵੀ ਗੱਲ ਕਰਾਂਗੇ ਭਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਵੀਰੇ ਹਨ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਕਿਹੜੇ ਕਿਹੜੇ ਮਤਲਬ ਹਨ ਬੰਬੂ ਘਾਟ ਨੇ ਆ ਤਾਂ ਆਪਾਂ ਕਹਿ ਲਈਏ ਕਿ ਯਾਰਾਂ ਦੀ ਯਾਰੀ ਵਾਲਾ ਆਪਾਂ ਹਨ ਇਹ ਜੇ ਦੋਸਤੀ ਹਮ ਨਹੀਂ ਤੋੜेंगे ਜਿਨ੍ਹਾਂ ਨੇ ਸੁਣਿਆ ਹੋਊਗਾ ਮਤਲਬ ਥੋੜਾ ਜਾਣੂ ਕਰੋ ਮਤਲਬ ਕਿਹੜੇ ਕਿਹੜੇ ਵੀਰੋ ਇਹ ਤਾਂ ਸਕੂਟਰ ਆਪਣਾ ਹੈ ਇਹ ਰਾਜ ਹੋ ਗਿਆ ਰਾਦੂਤ ਜੀ ਉਹ ਪੁਰਾਣੇ ਮਾਡਲ ਵਿਕੀ ਹੋ ਗਈ ਜੀ ਸਕੂਟਰ ਇਹ ਪੈਂਥਰ ਕਹਿੰਦੇ ਸੀ ਜੀ ਨੂੰ ਆਪਾਂ ਹਾਂਜੀ ਹਾਂਜੀ ਇਹ ਡੀਜ਼ਲ ਬੋਲਟ ਹੀ ਅੱਛਾ ਡੀਜ਼ਲ ਬੋਲਟ ਹਾਂਜੀ ਡੀਜ਼ਲ ਨਾਲ ਚੱਲਦਾ ਜੀ ਹਾਂਜੀ ਹਾਂਜੀ ਤੁਸੀਂ ਵੇਖ ਸਕਦੇ ਹੋ ਨਾ ਕਿ ਪੁਰਾਣੇ ਇੱਕ ਡੀਜ਼ਲਾ ਦੇ ਬੋਲਟ ਜੀ ਨੂੰ ਦੁੱਧੀ ਵਾਲੀ ਵੈਗ ਵੀ ਕਹਿੰਦੇ ਸੀ ਹੈ ਨਾ ਆਪਾਂ ਸੋ ਚੀਜ਼ਾਂ ਵੀ ਬਾਈ ਉਹਨਾਂ ਨੇ ਰੱਖੀਆਂ ਨੇ ਇੱਥੇ ਸਾਰੇ ਸਕੂਟਰ ਪੁਰਾਣੇ ਸੋ ਬਾਈ ਕਿੱਥੋਂ ਆਈ ਈ ਆਉਂਦਾ ਮਤਲਬ ਚੀਜ਼ਾਂ ਜਿੱਥੋਂ ਤੁਹਾਨੂੰ ਮਿਲਦੀ ਹੈ ਹਰ ਚੀਜ਼ ਲੈਨੇ ਹੋ ਤੁਸੀਂ ਹਾਂਜੀ ਹਰ ਚੀਜ਼ ਲੈਣ ਜਿੱਥੋਂ ਵੀ ਮਿਲਦੀ ਹੈ ਜੀ ਅੱਛਾ ਜੀ ਬਾਅਦ ਸਭ ਲੈ ਲੈਨੇ ਜੀ ਅੱਛਾ ਹੁਣ ਇਹ ਤੁਸੀਂ ਇਹਨਾਂ ਨੂੰ ਤਿਆਰ ਕਰਕੇ ਖੜਾ ਮੋਗ ਜਾ ਇ ਕਿਆ ਬਾਤ ਇੱਕ ਬਾਈ ਉਹਨੇ ਅੱਜ ਬੜੀ ਚੰਗੀ ਚੀਜ਼ ਲੱਗੀ ਸੀ ਨਾ ਕਿ ਸਿੰਕ ਨੂੰ ਇੱਥੇ ਢੋਲ ਦੇ ਵਿੱਚ ਲਾਇਆ ਪਿਆਗਾ ਚੀਜ਼ ਤੁਸੀਂ ਵੇਖ ਸਕਦੇ ਹੋ ਕਿ ਮਤਲਬ ਜਿੱਦਾਂ ਆਪਾਂ ਹਰ ਇੱਕ ਚੀਜ਼ ਨੂੰ ਕਹਿ ਦਈਏ ਨਾ ਵੀ ਨਹੀਂ ਯਾਰ ਇਹ ਤਾਂ ਕਬਾੜ ਹੋ ਗਈ ਰੱਖ ਦੋ ਉਹ ਚੀਜ਼ ਵੀ ਸਾਡੀ ਵਰਤੋਂ ਚਾਹ ਸਕਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਹਰ ਚੀਜ਼ ਨੂੰ ਇੱਥੇ ਵਰਤੋਂ ਦੇ ਵਿੱਚ ਲੈ ਗਿਆ ਕਿਸੇ ਚੀਜ਼ ਨੂੰ ਇਦਾਂ ਕਹਿ ਕੇ ਨਹੀਂ ਰੱਖਿਆ ਗਿਆ ਵੀ ਨਹੀਂ ਇਹ ਕਬਾੜ ਹੋ ਗਿਆ ਇੱਧਰ ਵੀ ਪ੍ਰੀ ਵੈਡਿੰਗ ਦਾ ਨਜ਼ਾਰਾ ਤੁਹਾਨੂੰ ਹੋਰ ਵਿਖਾਵਾਂਗੇ ਪ੍ਰੀ ਵੈਡਿੰਗ ਕਰਨ ਆਉਣੇ ਹੋ ਤਾਂ ਇੱਥੇ ਆ ਜਰੂਰ ਆ ਚੀਜ਼ਾਂ ਨੂੰ ਵੇਖਿਓ ਤੁਸੀਂ ਕਿ ਥੋੜਾ ਜਿਹਾ ਮਾਡਰਨ ਤਾਂ ਦੇਖੀ ਤਾਂ ਉਹ ਰੇ ਬਾਈ ਹਰਣਾ ਨੇ ਇੱਕ ਬਾਰ ਵੀ ਬਣਾਈ ਪਈ ਹੈ ਸਿਸਟਮ ਉਹ ਚੀਜ਼ ਬਣਾਈ ਪਈ ਹੈਗੀ ਹਨਾ ਪੁਰਾਣੇ ਸਾਈਕਲ ਦੇ ਚੱਕਿਆਂ ਦੇ ਨਾਲ ਬਾਉਂਡਰੀ ਲਗਾ ਕੇ ਕਿ ਕਿਸ ਤਰ੍ਹਾਂ ਇੱਕ ਬਾਰ ਨੂੰ ਬੜੀ ਚੰਗੀ ਦਿਖ ਦਿੱਤੀ ਗਈ ਹੈਗੀ ਫੋਟੋ ਸ਼ੂਟ ਬੜਾ ਸੋਹਣਾ ਹੋ ਸਕਦਾ ਇੱਥੇ ਪ੍ਰੀ ਵੈਡਿੰਗ ਕਰਨ ਆਉਣੇ ਆ ਤਾਂ ਬੜਾ ਚੰਗਾ ਫੋਟੋ ਸ਼ੂਟ ਹੋਊਗਾ ਇੱਥੇ ਸਾਰੇ ਆ ਤੁਸੀਂ ਵੇਖ ਸਕਦੇ ਹੋ ਕਿ ਸਾਈਕਲ ਦੇ ਚੱਕਿਆਂ ਨੂੰ ਕਿਸ ਤਰ੍ਹਾਂ ਬਾਉਂਡਰੀ ਦੇ ਵਿੱਚ ਇਹਨਾਂ ਨੇ ਬੜੇ ਸੋਹਣੇ ਰੂਪ ਦੇ ਵਿੱਚ ਇਹਨਾਂ ਨੇ ਦਿਖਾਇਆ ਗਿਆ ਹੈਗਾ ਸਾਰਾ ਕੁਝ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਇੱਕ ਚੀਜ਼ ਯਾਦ ਆਊਗੀ ਨਾ ਕਿ ਮਲਕੀ ਖੂਹ ਦੇ ਉਤੋਂ ਭਰਦੀ ਪਈ ਸੀ ਪਾਣੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਖੂਹ ਵੀ ਵਾਈ ਹੋਰਾਂ ਨੇ ਬਣਾਇਆ ਗਿਆ ਪੁਰਾਣੀ ਚੀਜ਼ ਇਸ ਵਿਖਾਈ ਗਈ ਹੈਗੀ ਹੋਰ ਵੀ ਤੁਹਾਨੂੰ ਬੜੀਆਂ ਚੀਜ਼ਾਂ ਵਿਖਾਵਾਂਗੇ ਆਵਾਜ਼ ਹਨਾ ਹੋਰ ਵੀ ਤੁਹਾਨੂੰ ਚੀਜ਼ਾਂ ਵਿਖਾਵਾਂਗੇ ਕਿ ਆਹ ਚੀਜ਼ ਇਹ ਆ ਜੀ ਬਾਣ ਬਟਣ ਵਾਲੀ ਮਸ਼ੀਨ ਹਨਾ ਇਹਦੇ ਉੱਤੇ ਬਾਣ ਬਟਿਆ ਜਾਂਦਾ ਸੀਗਾ ਜਿਹੜਾ ਬਹੁਤ ਸਾਰੇ ਕੰਮ ਆਉਂਦਾ ਸੀ ਚਾਹੇ ਬੰਜੇ ਬੁੰਲਿਏ ਜਾਂ ਕਣਕ ਦੇ ਜਿੱਦਾਂ ਕਰੀ ਭਰੇ ਪਾਉਣ ਦੇ ਬੜੇ ਬੜੇ ਕੰਮ ਬਾਣ ਦੀ ਵਰਤੋਂ ਲੈਤੀ ਜਾਂਦੀ ਸੀ ਕਿ ਹੁਣ ਮੈਨੂੰ ਲੱਗਦਾ ਉਹ ਚੀਜ਼ਾਂ ਵੀ ਅਲੋਪ ਹੋ ਗਈਆਂ ਹੁਣ ਹੁਣ ਉਹ ਚੀਜ਼ ਦੀ ਥਾਂ ਬੈਂਤ ਨੇ ਲੈ ਲਈ ਜਾ ਕਿਸੇ ਹੋਰ ਚੀਜ਼ਾਂ ਬੜੀਆਂ ਮਾਡਰਨ ਚੀਜ਼ਾਂ ਆ ਗਈਆਂ ਪਰ ਇਹ ਇਹਦੇ ਉੱਤੇ ਬਾਣ ਵਟਿਆ ਜਾਂਦਾ ਸੀਗਾ ਮਸ਼ੀਨ ਨੂੰ ਚਲਾ ਕੇ ਇਹ ਬਾਣ ਬਟਣ ਵਾਲੀ ਮਸ਼ੀਨ ਹੁੰਦੀ ਸੀਗੀ ਪੈਰਾਂ ਦੇ ਨਾਲ ਚੱਲਦੀ ਹੁੰਦੀ ਸੀਗੀ ਮਸ਼ੀਨ ਇਹ ਤੇ ਤੁਹਾਨੂੰ ਹੋਰ ਇੱਕ ਨਜ਼ਾਰਾ ਤੁਹਾਨੂੰ ਜਿਹੜਾ ਅਲੋਪ ਹੋ ਗਿਆ ਉਹ ਚੀਜ਼ਾਂ ਰੀਲਾਂ ਦਾ ਯੁੱਗ ਕੀ ਆਵਾਜ਼ ਤੁਹਾਨੂੰ ਇੱਥੇ ਬਹੁਤ ਚੰਗੀਆਂ ਰੀਲਾਂ ਦਿਖਾਵਾਂਗੇ ਬਾਜੀ ਚੁੰਨੀ ਗੜ ਬਣ ਕੇ ਪਿਆਰਵੇ ਸਾਰਿਆਂ ਨੇ ਕੀ ਸੁਣਿਆ ਕਿ ਸੌਰਿਆਂ ਦੇ ਪਿੰਡ ਲੈ ਜੂ ਸੋਹਣੇ ਆ ਤੇਰਾ ਚੁੰਨੀ ਲੜ ਬਨ ਕੇ ਪਿਆਰਵੇ ਹਨਾ ਉਹ ਚੀਜ਼ਾਂ ਰੀਲਾਂ ਵੀ ਸਾਹਮਣੇ ਸੱਜ ਸੱਜਰੇ ਚੱਲੇ ਮੁਕਲਾਵੇ ਕਿਹਾ ਵਜਦਾ ਮਨਮੋਹੜ ਵਰਸ ਉਹਨਾਂ ਦੀ ਸੀ ਆਈਸੀ ਐਲਬੰਬ ਸੇ ਜਸਵਿੰਦਰ ਬਰਾਰ ਉਹਨਾਂ ਦਾ ਅਖਾੜਾ ਇੱਕ ਸੋਨੂੰ ਹੋਰ ਚੀਜ਼ ਵਿਖਾਵਾਂਗੇ ਖੋਲਦਾਂ ਨਹੀਂ ਨਹੀਂ ਰਹੇ ਇਹ ਕਾ ਰੀਲਾਂ ਵੀ ਸੀ ਆਰ ਦੀਆਂ ਰੀਲਾਂ BCR ਦਾ ਜਵਾਨਾ ਮੈਨੂੰ ਸਭ ਤੋਂ ਪਹਿਲਾਂ ਜਰੂਰ ਸਾਨੂੰ ਕਮੈਂਟਸ ਕਰਿਓ ਕਿ ਕਿਹੜੇ ਲੋਕਾਂ ਨੇ ਆਪਾਂ ਪੈਸੇ ਪਾ ਕੇ ਹਨਾ ਢਾਲ ਕੇ BCR ਲੈ ਕੇ ਆਉਣ ਹੁੰਦਾ ਸੀਗਾ ਸ਼ਾਮ ਨੂੰ ਸੋ ਰੀਲਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਰੀਲਾਂ ਮੇਲਾ ਦਾ ਬਈ ਬਹੁਤੀਆਂ ਫਿਲਮਾਂ ਹੋਣਗੇ ਤਵਾਹੀ ਫਿਲਮ ਲਾ ਲਓ ਜਾਂ ਕੋਈ ਹੋਰ ਜਵਾਨਾ ਮੂੜ ਫਿਲਮਾਂ ਆਪਾਂ ਇਹ ਜ਼ਿਆਦਾਤਰ ਫਿਲਮਾਂ ਆਪਾਂ ਨੇ BCR ਦੀ ਵੇਖੀਆਂ ਸੀਆਂ ਇੱਕ ਹੋਰ ਚੀਜ਼ ਨੂੰ ਚੀਜ਼ ਵਿਖਾਉਣਾ ਹੈ ਕਿ ਹੱਥਾਂ ਨਾਲ ਚੱਲਣ ਵਾਲੀ ਚੱਕੀ ਅੱਗੇ ਕੀਆ ਕਰਦੇ ਹੁੰਦੇ ਸੀਗੇ ਕਿ ਉਹ ਚੀਜ਼ਾਂ ਨਹੀਂ ਸੀ ਹੁੰਦੀਆਂ ਕਿ ਅਸੀਂ ਚੱਕੀ ਤੇ ਜਾਈਏ ਜੱਗ ਜੰਨੀ ਕਿ ਆਟੀ ਲੋਡ ਹੁੰਦੀ ਸੀਗੀ ਤਾਂ ਕਰਦੇ ਬਜ਼ੁਰਗ ਆਪ ਇਹਨੂੰ ਪੀ ਉਹਨਾਂ ਕੱਟਾ ਤਿਆਰ ਕਰ ਲੈਂਦੇ ਸੀ ਕਿਹੜਾ ਡੇਲੀ ਡੇਲੀ ਕਸਰਤ ਵੀ ਹੁੰਦੀ ਸੀਗੀ ਸੋ ਇੱਕ ਤਾਜੀ ਚੀਜ਼ ਕਹਿ ਲੈ ਕਹਿੰਦਾ ਡੇਲੀ ਬਣਾਈ ਜਾਂਦੀ ਸੀਗੀ ਸੋਲਾ ਚੌਂਕਾ ਤੁਹਾਨੂੰ ਵਿਖਾਇਆ ਸੀ ਕਿ ਇੱਥੇ ਵੀ ਉਹ ਚੀਜ਼ ਵਿਖਾਈ ਗਈ ਹੈਗੀ ਪ੍ਰਾਣੀਆਂ ਇੱਕ ਚੀਜ਼ ਬੜੀ ਨਲਕਾ ਮੈਨੂੰ ਲੱਗਦਾ ਕਿ ਨਲਕੇ ਤਾਂ ਕਿਤੇ ਹੋਣੇ ਨਹੀਂ ਜੇ ਹੋਣਗੇ ਤਾਂ ਨਹਿਰਾਂ ਤੇ ਜ਼ਰੂਰ ਲੱਗੇ ਹੁੰਦੇ ਨੇ ਪਰ ਉਹਨਾਂ ਹੀ ਚੀਜ਼ਾਂ ਲੋਪ ਹੋ ਗਈਆਂ ਨਲਕਾ ਸੀਗਾ ਨਲਕੇ ਦੇ ਉੱਤੇ ਫਿਰ ਜ਼ਮਾਨਾ ਆਇਆ ਸੀ ਕਿ ਨਲਕੇ ਉੱਤੇ ਮੋਟਰ ਰੱਖੀ ਜਾਂਦੀ ਸੀਗੀ ਹਣਾ ਇਹ ਬਾਈ ਹਰਾਂ ਦੇ ਦੱਸਣ ਦੀ ਗੱਲ ਹੈ ਕਿ ਬਹੁਤ ਜ਼ਿਆਦਾ ਪੁਰਾਣਾ ਨਲਕਾ ਇਹ ਕੋਈ ਇਹਨਾਂ ਨੇ ਰੈਡੀਮੇਡ ਨਹੀਂ ਇੱਥੇ ਚੀਜ਼ ਲਾਈ ਹੋਈ ਹੈ ਸ਼ੁਰੂ ਤੋਂ ਹੀ ਐਦਾਂ ਦੀ ਚੀਜ਼ ਨਲਕਾ ਸ਼ੁਰੂ ਤੋਂ ਹੀ ਇਹਨਾਂ ਦਾ ਐਨਾ ਹੀ ਰੱਖਿਆ ਗਿਆ ਸ਼ੁਰੂ ਤੋਂ ਹੀ ਇਹ ਪੁਰਾਣਾ ਬਹੁਤ ਜ਼ਿਆਦਾ ਨਲਕਾ ਹੈ ਨਲਕੇ ਹੁੰਦੇ ਸੀ ਵੀ ਨਲਕੇ ਦੇ ਜਿਹਦੇ ਮੋਟਰ ਲੱਗੇ ਨੇ ਉਹਨੂੰ ਬੜਾ ਚਾੜ ਚੜਦੇ ਸੀ ਸਾਡੇ ਜਦੋਂ ਨਲਕੇ ਤੇ ਮੋਟਰ ਆ ਗਈ ਹਨ ਫਿਰ ਸਮਰਸੀਪਾਲ ਦਾ ਜ਼ਮਾਨਾ ਆ ਗਿਆ ਸੋ ਹਰ ਚੀਜ਼ ਆਪਾਂ ਜਵਾਨੇ ਦੇ ਨਾਲ ਬਦਲਦੀ ਗਈ ਹੈ ਕਿ ਸਾਨੂੰ ਇੱਕ ਹੋਰ ਇੰਜਨ ਵਿਖਾਉਣੇ ਸਾਨੂੰ ਪੁਰਾਣਾ ਇੱਕ ਪ੍ਰਾਣਾ ਤੁਹਾਨੂੰ ਵਿਖਾਉਣੇ ਆਗੇ ਕਿ ਇੱਕ ਰੇਲ ਗੱਡੀ ਦਾ ਇੰਜਣ ਅੱਗੇ ਕੋਲੇ ਵਾਲੀਆਂ ਗੱਡੀਆਂ ਹੁੰਦੀਆਂ ਸੀ ਹਨ ਗਦਰ ਫਿਲਮ ਦੇ ਵਿੱਚ ਵੇਖੀ ਹੋਣਗੀਆਂ ਆਪਾਂ ਨੇ ਕਿ ਆਹ ਚੀਜ਼ ਵੇਖ ਸਕਦੇ ਹਾਂ ਕਿ ਤੁਸੀਂ ਇੱਕ ਰੇਲ ਗੱਡੀ ਦਾ ਇੰਜਣ ਮਤਲਬ ਕਹਿ ਸਕਦੇ ਹਾਂ ਕਿ ਬਾਹਰੋਂ ਜਿਹੜੀ ਚੀਜ਼ ਜਿੱਥੋਂ ਮਿਲਦੀ ਆ ਉਹ ਇਹਨਾਂ ਨੇ ਲੈ ਕੇ ਆਂਦੀ ਆ ਚੀਜ਼ ਦਿਖਾਉਣ ਵਾਸਤੇ ਮੰਜਾ ਤੁਸੀਂ ਵੇਖ ਲਓ ਕਿੱਡਾਗਾ ਮੈਨੂੰ ਲੱਗਦਾ ਕਿ ਅੱਧਾ ਟੱਪਰ ਮੁੰਜੇ ਤੇ ਪੈ ਸਕਦਾਗਾ ਹਨ ਰੇਲ ਦਾ ਇੰਜਣ ਹੈਗਾ ਇੱਥੇ ਰੇਲ ਤਿਆਰ ਕੀਤੀ ਗਈ ਹੈਗੀ ਪੂਰੀ ਮਤਲਬ ਕਿਸੇ ਸਮੇਂ ਦੇ ਵਿੱਚ ਇਹਨਾਂ ਨੇ ਬਾਹਰੋਂ ਕੋਈ ਵੱਖਰੀ ਵਿਖ ਦੇਣੀ ਹੋਊਗੀ ਚੀਜ਼ ਨੂੰ ਸੋ ਲੋਕ ਹੋਰ ਚੀਜ਼ ਵਿਖਾਉਣੇ ਆਗੇ ਇੱਕ ਗੱड्डा ਕਹਿ ਲਈਏ ਕਿ ਗੱਡੇ ਬਹੁਤ ਹੀ ਚੀਜ਼ਾਂ ਦੇ ਬੰਦਿਆਂ ਨੇ ਵੇਖੇ ਹੋਣਗੇ ਕਿ ਵਲਤਾਂ ਨਾਲ ਚੱਲਣ ਵਾਲੇ ਗੱਡੇ ਸਾਡੀ ਆਵਾਜ਼ਾਈ ਦਾ ਜਿਹੜਾ ਸਾਧਨ ਉਹ ਵੀ ਕਿਸੇ ਸਮੇਂ ਦੇ ਵਿੱਚ ਗੱਡੇ ਹੁੰਦੇ ਸੀਗੇ ਜਿਹਦੇ ਕੋਲ ਗੱਡਾ ਹੁੰਦਾ ਸੀ ਉਹਦੇ ਕੋਲ ਅੱਜ ਦੇ ਟਾਈਮ ਦੀ ਕਹਿ ਲਈਏ ਕਿ ਉਹ ਬੰਦੇ ਕੋਲ ਸਫਾਰੀ ਹੁੰਦੀ ਸੀ ਜੇ ਕੋਈ ਗੱਡਾ ਲੈ ਕੇ ਆਉਂਦਾ ਸੀ ਤਾਂ ਬੜੀ ਚੜਤ ਵਾਲੇ ਕੰਮ ਹੁੰਦਾ ਸੀ ਵੀ ਬਾਈ ਉਹਨਾਂ ਨੇ ਗੱਡਾ ਲੈ ਆਂਦਾ ਕਿਉਂਕਿ ਹੌਣ ਜਾਣ ਦਾ ਜਿਹੜਾ ਮੁੱਖ ਸਾਧਨ ਸੀਗਾ ਉਹ ਗੱਡਾ ਹੀ ਹੁੰਦਾ ਸੀਗਾ ਬੜੀ ਨੀਨਾਕਾਰੀ ਗੱਡੇ ਦੇ ਕੀਤੀ ਜਾਂਦੀ ਸੀਗੀ بڑے ਚਾਹ ਦੇ ਨਾਲ ਇੱਕ ਪਿੱਤਲ ਵੀ ਲਵਾਇਆ ਜਾਂਦਾ ਸੀਗਾ ਤੁਸੀਂ ਵੇਖ ਸਕਦੇ ਹੋ ਕਿ ਇਹ ਤੇ ਗੱਡੇ ਤੇ ਵੀ ਬੜੀ ਨੀਨਾਕਾਰੀ ਕੀਤੀ ਗਈ ਹੈ ਕਿ ਹਾਲਾਂਕਿ ਇਹ ਚੀਜ਼ਾਂ ਨਹੀਂ ਹੁਣ ਮਿਲ ਸਕਦੀਆਂ ਕਿਉਂਕਿ ਇਹ ਲੱਕੜ ਨਹੀਂ ਮਿਲ ਸਕਦੀ ਹੁਣ ਉਦਾਂ ਦੀ ਬਹੁਤ ਕਹਿੰਦੀ ਕਿ ਤਾਕੜੀ ਤੇ ਮਜ਼ਬੂਤ ਲੱਕੜ ਦੇ ਬਣੇ ਹੁੰਦੇ ਸੀਗੇ ਆਲੇ-ਦਾਲੇ ਪਿੱਤਲ ਲੱਗਿਆ ਹੁੰਦਾ ਸੀਗਾ ਤਾਂਬਾ ਲੱਗਿਆ ਹੁੰਦਾ ਸੀਗਾ ਕੋਈ ਛੋਟੀ ਗੱਲ ਨਹੀਂ ਸੀ ਹੁੰਦੀ ਗੱਡਾ ਲੈਣਾ ਉਹ ਤੋਂ ਗੱਡਾ ਲੈਣਾ ਵੀ ਇੱਕ ਗੱਡੀ ਦੇ ਬਰਾਬਰ ਹੁੰਦਾ ਸੀ ਵੱਡੀ ਗੱਡੀ ਦੇ ਬਰਾਬਰ ਹੁੰਦਾ ਸੀ ਜਿਹਨੇ ਗੱਡਾ ਲਿਆਂਦਾ ਉਹਦੀ ਪਿੰਡ ਚ ਚੜਤ ਹੁੰਦੀ ਸੀ ਕਿ ਬਾਈ ਖਰੋਣ ਨੇ ਗੱਡਾ ਲਿਆਂਦਾ ਤੁਸੀਂ ਦੇਖ ਸਕਦੇ ਹੋ ਕਿ ਨਕਸ਼ਾ ਜਿਹੜਾ ਕਿ ਪੰਜਾਬ ਦਾ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਨੂੰ ਬਹੁਤੇ ਭਾਗਾਂ ਦੇ ਵਿੱਚ ਵੰਡਿਆ ਗਿਆ ਹਿਮਾਚਲ ਪ੍ਰਦੇਸ਼ ਤੋਂ ਵੰਡਿਆ ਗਿਆ ਹਰਿਆਣੇ ਵਿੱਚ ਵੰਡਿਆ ਗਿਆ ਰਾਜਸਥਾਨ ਦੇ ਵਿੱਚ ਵੰਡਿਆ ਗਿਆ ਪਰ ਉਹ ਨਕਸ਼ਾ ਜਿਹੜਾ ਕਿ ਪੂਰੇ ਪੰਜਾਬ ਹੁੰਦਾ ਸੀਗਾ ਇੱਕ ਪੂਰੇ ਪੰਜਾਬ ਦਾ ਜਿਹੜਾ ਕਿ ਨਕਸ਼ਾ ਹੁੰਦਾ ਸੀ ਉਹਦਾ ਲਾਹੌਰ ਵੀ ਸਾਡਾ ਹੁੰਦਾ ਸੀਗਾ ਉਹਦਾ ਹਰਿਆਣਾ ਵੀ ਸਾਡਾ ਹੁੰਦਾ ਸੀਗਾ ਉਹਦਾ ਸਿਮਲਾ ਵੀ ਸਾਡਾ ਹੁੰਦਾ ਸੀਗਾ ਸਾਰਾ ਪੰਜਾਬ ਦਾ ਹੁੰਦਾ ਸੀ ਇੱਕ ਪਰ ਹੁਣ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਟੋਟੇ ਜਿਹੜੇ ਕੀਤੇ ਗਏ ਹੈਗੇ ਕੰਦਾਂ ਤੇ ਅੱਗੇ ਪ੍ਰਾਣੇ ਜਵਾਨੇ ਦੇ ਵਿੱਚ ਨਾ ਅੱਗੇ ਦੀਵਾਲੀ ਆਉਂਦੇ ਸਾਰੀ ਨਾ ਕੰਦਾਂ ਤੇ ਮਿੱਟੀ ਦੇ ਪਰੋਲੇ ਮਿੱਟੀ ਪਾਂਟੂ ਦੇ ਪਰੋਲੇ ਫਿਰੇ ਜਾਂਦੇ ਸੀਗੇ ਕੱਚੀਆਂ ਕੰਦਾਂ ਦੇ ਉੱਤੇ ਤੇ ਉਹ ਨੀਨਾਕਾਰੀ ਕੀਤੀ ਜਾਂਦੀ ਕੀਤੀ ਜਾਂਦੀ ਸੀਗੀ ਅੱਗੇ ਆਪਾਂ ਕਹਿ ਸਕਦੇ ਹਾਂ ਕਿ ਹਰ ਘਰ ਦੀਆਂ ਸਾਡੀਆਂ ਜਿਹੜੇ ਬਜ਼ੁਰਗ ਮਾਈਆਂ ਹੁੰਦੀਆਂ ਸਾਡੀਆਂ ਬੇਬੀਆਂ ਹੁੰਦੀਆਂ ਸੀ ਉਹ ਪਿੰਟਰ ਹੁੰਦੀਆਂ ਸੀ ਕਹਿ ਲਈਏ ਕਿ ਹਰ ਘਰ ਦੇ ਵਿੱਚ ਉਹਨਾਂ ਦੀ ਨੀਨਾਕਾਰੀ ਆਪ ਕੀਤੀ ਜਾਂਦੀ ਸੀਗੀ ਤੁਸੀਂ ਵੇਖ ਸਕਦੇ ਹੋ ਕਿ ਆਲੇ ਨਹੀਂ ਆਲੇ ਇੱਥੇ ਨਾ ਇੱਕ ਖਾਸ ਮਕਸਦ ਹੁੰਦਾ ਸੀਗਾ ਆਲਿਆਂ ਦਾ ਕਿ ਇੱਥੇ ਜਦੋਂ ਲਾਈਟ ਬਗਦੀ ਨਾ ਇੱਥੇ ਤਾਂ ਦੀਵਾ ਰੱਖਿਆ ਜਾਂਦਾ ਸੀਗਾ ਆਲਿਆਂ ਦੇ ਵਿੱਚ ਉਹ ਚੀਜ਼ਾਂ ਹੁਣ ਵਾਲੇ ਤਾਂ ਰੱਖੇ ਜਾਂਦੇ ਸੀਗੇ ਬਹੁਤੇ ਹੁਣ ਵਾਲੇ ਰੱਖਦੇ ਆ ਪਰ ਉਹ ਉਹ ਚੀਜ਼ਾਂ ਦੇ ਨੂੰ ਪਤਾ ਨਹੀਂ ਸੀ ਕਿ ਆਲੇ ਦਾ ਮੇਨ ਕੰਮ ਕੀ ਹੁੰਦਾ ਸੀਗਾ ਦੀਵੇ ਰੱਖੇ ਜਾਂਦੇ ਸੀਗੇ ਆਲਿਆਂ ਦੇ ਵਿੱਚ ਜਦੋਂ ਲਾਈਟ ਨਹੀਂ ਸੀ ਆਉਂਦੀ ਉਦੋਂ ਲਾਈਟ ਦਾ ਜਵਾਨਾ ਨਹੀਂ ਸੀ ਹੁੰਦਾ ਤਾਂ ਉਦੋਂ ਦੀਵੇ ਰੱਖੇ ਜਾਂਦੇ ਸੀਗੇ ਆਲਿਆਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਮਾਂ ਬੋਲੀ ਹਰ ਕੰਧ ਦੇ ਉੱਤੇ ਪੰਜਾਬੀ ਦੇ ਵਿਖਾਈ ਗਏ ਨੇ ਦੇਸੀ ਮਹੀਨੇ ਚੇਤ ਵਿਸਾਖ ਜੇਠ ਉਹ ਵੀ ਹਰ ਚੀਜ਼ ਇੱਥੇ ਵਿਖਾਈ ਗਈ ਹੈਗੀ ਰੌਣਕ ਕਹਿ ਸਕਦੇ ਕਿ ਬਰੇ 24 ਘੰਟੇ ਰੌਣਕ ਜਿਹੜੀਆਂ ਲੱਗੀ ਰਹਿੰਦੀ ਹੈ ਕਿ ਇੱਕ ਤੁਹਾਨੂੰ ਵਿਖਾਉਣੇ ਆ ਕਿ ਇੰਜਣ ਪੁਰਾਣਾ ਇਹ ਬਾਈ ਕਿਸ ਚੀਜ਼ ਦਾ ਇੰਜਣ ਇਹ ਇਹ ਚੱਕੀਆਂ ਉੱਪਰ ਲੱਗਿਆ ਹੁੰਦਾ ਸੀ ਅੱਛਾ ਹਾਂ ਪੁਰਾਣੀਆਂ ਚੱਕੀਆਂ ਪੁਰਾਣੇ ਜੇ ਪਹਿਲਾਂ ਚੱਕੀਆਂ ਜਾਂਦੇ ਨੇ ਚੱਕੀਆਂ ਪਰ ਇਹਦੇ ਨਾਲ ਆਟਾ ਪੀਂਦੇ ਸੀ ਅੱਛਾ ਬਾਈ ਤੁਸੀਂ ਜਦੋਂ ਕਹੇ ਸੀ ਕਿ ਵੀ ਚੱਲਦਾ ਵੀ ਹੈ ਨਾ ਅੱਜ ਵੀ ਇਸ ਦਾ ਚੱਲਦਾ ਚੱਲਦੀ ਹਾਲਤ 'ਚ ਕੀ ਬਾਤ ਹੈ ਮਤਲਬ ਇਹ ਚੀਜ਼ ਨੂੰ ਕਿੱਥੋਂ ਆਈ ਹੋਵੇ ਵੀ ਇੰਜਣ ਲੈ ਕੇ ਰੱਖੀਏ ਇੱਥੇ ਨਾ ਬਸ ਇਹ ਮਿਲ ਗਿਆ ਤੁਹਾਨੂੰ ਜੀ ਫਰੋਜ਼ ਬਰੋ ਜੀ ਅੱਛਾ हां जी ਵੀਡੀਓ ਦੇਖੀ ਸੀ ਅੱਛਾ ਮੇਰੇ ਮਾਮੇ ਦਾ ਮੁੰਡਾ ਜੀ ਬਾਹਰ ਅਮਰੀਕਾ ਹਾਂਜੀ ਬਹੁਤ ਕਹਿੰਦਾ ਵੀ ਲੈਣਾ ਫੱਲ ਜਾਂਦਾ ਜੀ ਇਹਦੇ ਉੱਪਰ ਲੱਗੀ ਇੱਕ ਜੀ ਚਲੋ ਜਦੋਂ ਸਟਾਰਟ ਹੁੰਦਾ ਤਾਂ ਇਹ ਆਹ ਚੱਕੀ ਵੀਰ ਪਤਾ ਲੱ ਜਾਂਦਾ 10 ਪਿੰਡਾਂ ਮਾ ਆ ਉੱਪਰ ਦਿਖਾਓ ਜੀ ਸੀਟੀ ਲੱਗੀ ਹੋਈ ਆ ਆ ਤੁਸੀਂ ਦੇਖ ਸਕਦੇ ਕੋ ਉੱਪਰ ਸੀਟੀ ਲੱਗੀ ਹੋਈ ਸਟਾਰਟ ਹੁੰਦਾ ਨਾ ਉਦੋਂ ਫਿਰ ਇੱਕ ਵੱਜਦੀ ਆ ਪੂਰਾ ਜਦੋਂ ਕਿ ਜੀ ਪੂਰਾ ਆਵਾਜ਼ ਜ਼ਿਆਦਾ ਆ ਆਵਾਜ਼ ਬਹੁਤ ਆਈ ਇਹਦੀ ਮਤਲਬ ਲਾਗ 10 ਪਿੰਡਾਂ ਮੇ ਪਤਾ ਲੱ ਜਾਂਦਾ ਵੀ ਇੰਜਣ ਚੱਲ ਗਿਆ ਲੋਕ ਆਪਣਾ ਆਪਣਾ ਆਟਾ ਲੈ ਕੇ ਆ ਜਾਂਦੇ ਨੇ ਚੱਕੀ ਪਰ ਕਿਆ ਬਾਤ ਹੈ ਮੈਂ ਇੱਕ ਕਹਿ ਦिए ना ਇੱਕ ਹੋਕਾ ਜਦਾਂ ਕਹਿੰਲੀ ਨਾ ਕਿ ਬਾਈ ਜੇ ਚੱਲਦਾ ਤਾਂ ਚਲਾ ਕੇ ਵੇਖ ਲੀ ਹਾਂ ਇੱਕ ਇੱਕ ਹੋਕਾ ਹੁੰਦਾ ਸੀ ਕਿ ਜਦੋਂ ਇਹ ਸਟਾਰਟ ਹੁੰਦਾ ਸੀ ਨਾ ਆਲੇ-ਦਾਲੇ ਬਾਈ ਕਹਿੰਦਾ ਪਿੰਡਾਂ ਦੇ ਵਿੱਚ ਪਤਾ ਲੱਗਦਾ ਸੀਗਾ ਵੀ ਇੰਜਨ ਚੱਲ ਪਿਆ ਜਿਹਨੇ ਆਟਾ ਪਹਉਣਾ ਤਾਂ ਆਜੋ ਤੁਸੀਂ ਵੇਖ ਸਕਦੇ ਹੋ ਕਿ ਸਟਾਰਟ ਵੀ ਹੁੰਦਾ ਅੱਜ ਵੀ ਬਾਈ ਹੁਣੇ ਸਟਾਰਟ ਕਰਨਗੇ ਇੰਜਨ ਨੂੰ ਇੱਕ ਇਹ ਵੀ ਵੱਡੀ ਗੱਲ ਹੁੰਦੀ ਹੈ ਕਿ ਮਾੜਾ-ਮੋਟਾ ਬੰਦਾ ਤਾਂ ਨੌਰਮਲੀ ਇੰਜਨ ਸਟਾਰਟ ਵੀ ਨਹੀਂ ਕਰ ਸਕਦਾ ਨਾ ਮੇਰੇ ਵਰਗਾ ਮੋਢੇ ਹੀ ਘਟਾ ਲੈਂਦਾ ਇੰਜਨ ਸਟਾਰਟ ਕਰਨ ਲੱਗਿਆ ਆ ਗੇਰੀਆਂ ਦਾ ਉਹਨਾਂ ਨੂੰ ਕਰਦੀਆਂ ਤਸ ਸਿੱਟਣੀ ਹੈ ਜਿੱਦਾਂ ਕਹ ਲਈਏ ਕਿ ਨਾ ਇੰਜਨ ਸਿੱਟਣਾ ਤਾਂ ਤਸ ਸਿੱਟੀ ਜਾਂਦੀ ਸੀਗੀ ਇੰਜਨ ਨੂੰ ਚਲਾਉਣਾ ਹੁੰਦਾ ਸੀ ਤਸ ਦਰਮਿਆ ਕੋਈ ਗੇਰੀਆਂ ਤੋਂ ਤੂੰ ਇਹ ਵੇਖ ਸਾਡੇ ਕਿ ਦੋ ਬੰਦੇ ਇੰਜਨ ਸਟਾਰਟ ਕਰ ਰਹੇ ਨੇ ਜਦੋਂ ਚੱਕਰ ਬਣ ਕੇ ਫਿਰ ਇੰਜਨ ਦੀ ਤਸ ਸਿੱਟੀ ਜਾਂਦੀ ਔਰ ਫਿਰ ਇਹਦਾ ਜਿਹੜੀ ਆਵਾਜ਼ ਹੁੰਦੀ ਹੈ ਚਾਰ ਪੰਡਾ ਚ ਪਤਾ ਲੱਗਦਾ ਸੀਗਾ ਵੀ ਹਾਂ ਇੰਜਨ ਸਟਾਰਟ ਹੋ ਗਿਆ ਤੁਸੀਂ ਵੇਖ ਸਕਦੇ ਹੋ ਕਿ ਆਵਾਜ਼ ਹੈ ਨਾ ਬਾਈਰ ਨੇ ਦੱਸੀ ਸੀ ਕਿ ਸਿਟੀ ਵੱਜਦੀ ਹੈ ਜਿਹੜੀ ਇੱਕ ਇਹ ਆਵਾਜ਼ ਹੋ ਮੈਨੂੰ ਠੰਡਾ ਕਰਕੇ ਥੋੜਾ ਸਾਇਦ ਘੱਟ ਹੋ ਕਰ ਰਿਹਾ ਹੈਗਾ ਪਰ ਇਹ ਚੱਲ ਰਿਹਾ ਹੈ ਇੰਜਨ ਤੁਸੀਂ ਵੇਖ ਸਕਦੇ ਹੋ ਕਿ ਬੇਸ਼ੱਕ ਪੁਰਾਣਾ ਇੰਜਨ ਹੈ ਪਰ ਚੱਲ ਰਿਹਾ ਆਵਾਜ਼ ਚੱਲ ਰਹੀ ਹੈ ਕਿ ਇਹਹੀ ਆਵਾਜ਼ ਸੁਣ ਕੇ ਜਿਹੜੇ ਹੈ ਕਿ ਲੋਕ ਆਉਂਦੇ ਹੁੰਦੇ ਸੀ ਵੀ ਨਹੀਂ ਇੰਜਨ ਸਟਾਰਟ ਹੋ ਗਿਆ ਚਲੋ ਆਟਾ ਪਿਹਾਲੇ ਹੈਗੇ ਕਿਆ ਬਾਤ ਆ ਬਾਈ ਸੱਚੀ ਗੱਲ ਹੈ ਨਾ ਅੱਜ ਤੱਕ ਇਹ ਚੀਜ਼ਾਂ ਵੇਖ ਕੇ ਸੱਚੀ ਮਨ ਨੂੰ ਦਿਲੋਂ ਖੁਸ਼ੀ ਹੁੰਦੀ ਆ ਤੇ ਨਜ਼ਾਰਾ ਕਹਿ ਸਕਦੇ ਆ ਕਿ ਨਜ਼ਾਰਾ ਆ ਗਿਆ ਜੇ ਚੀਜ਼ਾਂ ਵੇਖ ਕੇ ਪ੍ਰਾਣੀਆਂ ਕਿ ਕਿਦਾਂ ਬਾਈ ਹੋਰਾਂ ਨੇ ਇਹ ਚੀਜ਼ਾਂ ਇੰਜਨ ਸਾਂਭੇ ਹੋਏ ਨੇ ਇਹ ਚੀਜ਼ਾਂ ਹਰ ਚੀਜ਼ ਚੱਲਦੀ ਰੱਖੀ ਹੈਗੀ ਔਰ ਇਹ ਚੀਜ਼ਾਂ ਤੁਸੀਂ ਆਉਣੇ ਹੋ ਤਾਂ ਇਹ ਚੀਜ਼ਾਂ ਹਰ ਬੰਦਾ ਵੇਖ ਸਕਦਾ ਹੈ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਵੇਖਿਓ ਦੇਖ ਸਕਦੇ ਹੋ ਕਿ ਟਰੈਕਟਰ ਵਿੱਚ ਜਰ ਸਨ ਫੋਰਡ ਇਹ ਕੋਈ ਆਮ ਟਰੈਕਟਰ ਨਹੀਂ ਹੈਗਾ ਇਹ ਟਰੈਕਟਰ ਸੀਗਾ ਗਿੱਪੀ ਗਰੇਵਾਲ ਹੋਰਾਂ ਦੀ ਇੱਕ ਫਿਲਮ ਆ ਰਹੀ ਆ ਪਾਣੀ ਚ ਮਧਾਣੀ ਇਹ ਟਰੈਕਟਰ ਉਹਨਾਂ ਦੇ ਵਿੱਚ ਚੱਲੇ ਹੋਏ ਟਰੈਕਟਰ ਨੇ ਇਹ ਆਪਾਂ ਕਹਿ ਸਕਦੇ ਹਾਂ ਕਿ ਟਰੈਕਟਰ ਆਪਾਂ ਨੂੰ ਲੱਗਦਾ ਨਾ ਕਿ ਬਾਈ ਬਾਈ ਉਹਨਾਂ ਨੇ ਉਦਾਂ ਖੜਾ ਰੱਖੇ ਨੇ ਪਰ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਤੇਲ ਵੀ ਥੰਦੋਂ ਨਿਕਲ ਰਿਹਾ ਇਹ ਟਰੈਕਟਰ ਚੱਲਦੇ ਨੇ ਕਿ ਇਹ ਟਰੈਕਟਰਾਂ ਦੇ ਨਾਲ ਜ਼ਮੀਨਾਂ ਵਾਈਆਂ ਗਈਆਂ ਨੇਗੇ ਗਿੱਪੀ ਗਰੇਵਾਲ ਹੋਰਾਂ ਦੀ ਫਿਲਮ ਆ ਰਹੀ ਆ ਪਾਣੀ ਚ ਮਧਾਣੀ ਉਸ ਫਿਲਮ ਦੇ ਵਿੱਚ ਇਹ ਟਰੈਕਟਰਾਂ ਦੀ ਵਰਤੋਂ ਕੀਤੀ ਗਈ ਸੀ ਟਰੈਕਟਰ ਵਿਖਾਏ ਗਏ ਸੀਗੇ ਇੱਕ ਸਾਨੂੰ ਨਿਆਰਾ ਉਹ ਟਰੈਕਟਰ ਕਿਸ ਫਿਲਮ ਦੇ ਵਿੱਚ ਚੱਲਿਆਗਾ ਆਪਾਂ ਸਾਰਿਆਂ ਨੂੰ ਬੜੀ ਇੱਕ ਐਦਾਂ ਲੱਗੂ ਵੀ ਜਿਹੜੇ ਬੰਦੇ ਇੱਥੇ ਠਾਪੇ ਤੋਂ ਆਉਂਦੇ ਨਹੀਂ ਟਰੈਕਟਰ ਉੱਦਾਂ ਖੜਾ ਹੀ ਏ ਟਰੈਕਟਰ ਹੈ ਪਰ ਤੁਹਾਨੂੰ ਇੱਕ ਚੀਜ਼ ਖਾਸ ਸੀਗਾ ਤੋਂ ਟਰੈਕਟਰ ਦੀ ਦੱਸ ਦੇਵਾਂਗੇ ਕਿ ਉਹ ਟਰੈਕਟਰ ਦੀ ਖਾਸ ਵਿਸ਼ੇਸ਼ਤਾ ਜਿਹੜੀ ਕੀ ਹੈਗੀ ਇੱਥੇ ਆ ਜਿਹੇ ਟਰੈਕਟਰ ਤੁਸੀਂ ਵੇਖ ਰਹੇ ਹੋਗੇ ਲਗਭਗ ਸਾਰੀਆਂ ਫਿਲਮਾਂ ਦੇ ਵਿੱਚ ਚੱਲੇ ਟਰੈਕਟਰ ਪਾਣੀ ਚ ਮਧਾਣੀ ਟਰੈਕਟਰ ਚੱਲੇ ਆ ਗਏ ਫਿਲਮ ਆ ਰਹੀ ਹੈਗੀ ਪਿਗਰਫਰਾਂ ਜੀ ਸੋ ਆਹ ਟਰੈਕਟਰ ਆ ਜਿਹੜਾ ਤੁਹਾਨੂੰ ਵਿਖਾਵਾਂਗੇ ਇਹ ਟਰੈਕਟਰ ਅਮੀਰ ਖਾਨ ਹੋਰਾਂ ਦੀ ਫਿਲਮ ਆ ਆ ਰਹੀ ਆ ਲਾਲ ਸਿੰਘ ਚੱਡ ਉਸ ਫਿਲਮ ਦੇ ਵਿੱਚ ਇਹ ਟਰੈਕਟਰ ਨੇ ਬਾਈ ਹਰਾਂ ਨੇ ਦੱਸਿਆ ਹੈ ਕਿ ਇਸ ਟਰੈਕਟਰ ਨੇ 5-6 ਕਿੱਲੇ ਜ਼ਮੀਨ ਦੀ ਵਾਹੀ ਕੀਤੀ ਹੈਗੀ ਇਹ ਟਰੈਕਟਰ ਚਲਾਇਆ ਗਿਆਗਾ ਉਹਨਾਂ ਦੇ ਵੱਲੋਂ ਬਾਈ ਹਰਾਂ ਨਾਲ ਗੱਲਬਾਤ ਕਰਾਂਗੇ ਬਾਈ ਹਰ ਬੰਦਾ ਇਦਾਂ ਸੋਚਦਾ ਹੁੰਦਾ ਕੋਈ ਟਾਬੇ ਤੋਂ ਵੀ ਨਹੀਂ ਟਰੈਕਟਰ ਇਹ ਤਾਂ ਖੜਾ ਹੈਗਾ ਵੀ ਚੱਲਦਾ ਨਹੀਂ ਹੋਣਾ ਇਹ ਫਿਲਮ ਦੇ ਵਿੱਚ ਟਰੈਕਟਰ ਇਦਾਂ ਖੜਾਈ ਦਿਖਾਇਆ ਗਿਆ ਕਿ ਚੱਲਿਆ ਵੀ ਹੋਇਆ ਚੱਲਿਆ ਵੀ ਚੱਲਦਾ ਵੀ ਦਿਖਾਇਆ ਗਿਆ ਜੀ ਚੱਲਦਾ ਇਹ ਟਰੈਕਟਰ ਸਟਾਰਟ ਆਈ ਅੱਛਾ ਹਾਰੇ ਟਰੈਕਟਰ ਸਟਾਰਟ ਆਈ ਅਮਰ ਤੁਸੀਂ ਕਹਿੰਦੇ ਜਕਰ ਕੀਤਾ ਕਿ ਜ਼ਮੀਨ ਜ਼ਮੀਨ ਦੀ ਵਾਹੀ ਵੀ ਕੀਤੀ ਗਈ ਹੈ ਟਰੈਕਟਰ ਦੇ ਨਾਲ ਅਮੀਰ ਅਮੀਰ ਖਾਨ ਨੇ ਇਲਾਜ਼ ਸਿੰਘ ਇਹਦੇ ਨਾਲ ਜ਼ਮੀਨ ਵੀ ਬਾਈ ਹੋਈ ਜੀ ਇਹ ਬਾਰਡਰ ਪਰ ਵੀ ਹੋਈ ਛੂਟੀਆਂ ਬਾਕੀ ਆਨੰਦਪੁਰ ਸਾਹਿਬ ਏਰੀਆ ਮੈਂ ਛੂਟੀਆਂ ਜਿੱਥੇ ਵੀ ਹੋਈ ਜੀ ਚਲਾ ਕੇ ਲੈ ਕੇ ਗਏ ਜੀ ਇਹਨੂੰ ਮੈਂ ਪਹਿਲਾਂ ਹੀ ਬਾਈ ਨੂੰ ਚੱਕਰੀ ਕੀਤਾ ਕਿ ਕਈ ਫਿਲਮਾਂ ਵਿੱਚ ਤੁਹਾਡੇ ਟਰੈਕਟਰ ਜਾਂਦੇ ਹੈਗਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਵੇਖਦੇ ਆ ਵੀ ਨਹੀਂ ਤਾਂ ਇਹ ਲਗਭਗ ਆਈਡੀਆ ਹੋ ਜਾਂਦਾ ਵੀ ਉੱਥੋਂ ਟਰੈਕਟਰ ਆਇਆ ਹੋਇਆ ਹਾਂ ਜੀ ਹਾਂ ਸਾਡੇ ਤਕਰੀਬਨ ਸਾਡੇ ਜੀ ਕਾਫੀ ਫਿਲਮਾਂ ਮ आए ਹੋਈਆਂ ਇਦਾਂ ਟਰੈਕਟਰ ਜਿੰਨਾ ਵੀ ਸੰਦਾ ਖੜਾ ਜੀ ਸਕੂਟਰ ਮੋਟਰਸਾਈਕਲ ਸਾਡੇ ਜੀ ਛੂਟੀਆਂ ਉੱਪਰ ਜਾਂਦੇ ਰਹਿੰਦੇ ਨੇ ਜੀ ਗੱਡਾ ਹੋ ਗਈ ਜਿੰਨੇ ਵੀ ਸਾਡੇ ਕੋਲ ਸੰਦਾ ਜੀ ਕਿਆ ਬਾਤ ਹੈ ਤੁਸੀਂ ਦੇਖ ਸਕਦੇ ਹੋ ਕਿ ਅਮੀਰ ਖਾਨ ਹੋਰਾਂ ਦੀ ਫਿਲਮ ਆ ਰਹੀ ਹੈ ਲਾਲ ਸਿੰਘ ਚੱਡਾ ਉਹਦੇ ਵਿੱਚ ਇਹ ਟਰੈਕਟਰਾਂ ਦੀ ਵਰਤੋਂ ਕੀਤੀ ਗਈ ਹੈ ਕਿ ਟਰੈਕਟਰ ਚੱਲਦੇ ਵੀ ਵਿਖਾਏ ਗਏ ਨੇ 5 ਤੋਂ 6 ਕਿੱਲੇ ਵਾਹੀ ਹੁੰਦੀ ਹੈ ਟਰੈਕਟਰਾਂ ਦੇ ਨਾਲ ਵਾਹੀ ਵੀ ਕੀਤੀ ਗਈ ਹੈਗੀ ਬਿਲਕੁਲ ਅਸੀਂ ਜਾਨਣਾ ਚਾਹਾਂਗੇ ਜਿਹੜੇ ਇੱਥੇ ਲਗਾਤਾਰ ਢਾਬੇ ਦੇ ਨਾਲ ਜੁੜੇ ਹੋਏ ਨੇ ਬਾਈ ਆਉਂਦੇ ਉਹਨਾਂ ਤੋਂ ਪੁੱਛਾਂਗੇ ਕਿ ਕੀ ਖਾਣੇ ਦਾ ਸਵਾਦ ਕੀ ਹੈ ਹਨਾ ਬਾਈ ਬਹੁਤ ਸਵਾਗਤ ਹੈ ਹਾਂਜੀ ਤੁਹਾਡਾ ਵੀ ਕਿੱਥੋਂ ਆਇਓ ਵੀਰੇ ਅਸੀਂ ਆਏ ਲੁਧਿਆਣੇ ਤੋਂ ਅੱਛਾ ਅਕਸਰ ਮਤਲਬ ਜੇ ਚੰਡੀਗੜ੍ਹ ਤੇ ਜਦੋਂ ਆਉਣੇ ਜਾਂਦੇ ਆ ਢਾਬੇ ਤੇ ਰੁਕਦੇ ਹਾਂ ਤੇ ਹਾਂਜੀ ਕਿਉਂਕ ਸਭੇ ਕੀ ਦਰਾਂ ਜੇ ਗੱਲ ਕਰ ਲਈ ਮਤਲਬ ਸਵਾਦ ਦੀ ਗੱਲ ਕਰ ਲਈਏ ਤਾਂ ਕਿੱਦਾਂ ਦਾ ਮਤਲਬ ਬਾਈ ਹੋਰਾਂ ਦਾ ਇਹਨਾਂ ਦੀ ਚਾਹ ਬਹੁਤ ਵਧੀਆ ਹੁੰਦੀ ਹੈ ਜੀ ਚਾਹ ਤੇ ਪਰੌਂਠਾ ਯਾਨੀ ਕਿ ਹੋਰ ਵੀ ਚੀਜ਼ਾਂ ਵਧੀਆ ਨੇ ਪਰ ਅਸੀਂ ਜ਼ਿਆਦਾ ਤੇ ਹੀ ਪਰੌਂਠਾ ਖਾਂਦੇ ਆਂ ਜਾਂ ਚਾਹ ਬਾਕੀ ਬਾਈ ਹੋਣਾ ਸਪੈਸ਼ਲ ਲਿਖਿਆ ਨਾ ਵੀ ਗੁੜ ਵਾਲੀ ਚਾਹ ਮਤਲਬ ਆਉਂਦਾ ਉਹ ਚੀਜ਼ ਆ ਗੁੜ ਵਾਲੀ ਚਾਹ ਦਾ ਨਾਮ ਐਜਾ ਕਹਿ ਲਈਏ ਤਾਂ ਹੀ ਤਾਂ ਹੀ ਸੋ ਬਈ ਕਹਣਾ ਇੱਕ ਟਾਬਿਆਂ ਦਾ ਹੁੰਦਾ ਜੇਕਰ ਵੀ ਮਤਲਬ ਮੰਜੇ-ਮੰਜੇ ਲਾ ਕੇ ਟਾਬੇ ਹੁੰਦੇ ਨੇ ਅੱਜ ਕੱਲ ਦੇ ਟਾਬੇ ਜਿਹੜਾ ਬੜੇ ਹਨਾ ਵੀ ਹਾਈ ਫਾਈ ਟਾਬੇ ਹੋਗੇ ਕਿੱਦਾਂ ਲੱਗਦਾ ਕਹੋ ਚ ਇਹ ਮੰੰਜੇ ਵੀ ਹੁੰਦੇ ਆ ਕਈ ਢਾਬਿਆਂ ਤੇ ਲੱਗੇ ਹੁੰਦੇ ਆ ਬਾਕੀ ਇਹਨਾਂ ਦਾ ਮਤਲਬ ਉਹ ਨਾ ਸਫਾਈ ਵੀ ਵਧੀਆ ਆ ਮਤਲਬ ਇਹੇ ਨਹੀਂ ਹੈਗਾ ਤੇ ਉਸ ਪੱਖੋਂ ਵੀ ਜਿਆਦਾ ਭਾਈ ਜੀ ਪੂਰੀ ਮੇਨਟੇਨ ਰੱਖਦੇ ਨੇ ਤਾਂ ਕਰਕੇ ਵਧੀਆ ਢਾਬਾ ਤਾਂ ਰੇਗ ਬਾਰ ਇੱਥੇ ਹੀ ਖੜਦੇ ਆ ਜਦੋਂ ਵੀ ਨੰਦ 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 ਚਾਹ ਵਗੈਰਾ ਪੀਣ ਨੂੰ ਸਰ ਭਾਈ ਜੀ ਜਦਾਂ ਕਹਿੰਦੇ ਵੀ ਉਹਨਾਂ ਦੀ ਚਾਹ ਦਾ ਟੇਸਟ ਬੜਾ ਵਧੀਆ ਤਾਂ ਸੋਨੂੰ ਕੀ ਚੀਜ਼ ਚੰਗੀ ਲੱਗਦੀ ਹੈ ਨਾ ਹਰ ਇੱਕ ਦਾ ਕੋਈ ਚੀਜ਼ ਹੁੰਦਾ ਬਈ ਯਾਰ ਇੱਥੋਂ ਆ ਚੀਜ਼ ਇੱਥੋਂ ਹੀ ਮਿਲਦੀ ਆ ਖਾਸ ਹਨਾ ਪਤਾਈ ਮੈਂ ਵੀਰੇ ਮੇਰੇ ਸਹਾਰ ਨਾਲ ਚਾਹ ਕਰਕੇ ਬੰਦੇ ਗੋੜ ਵਾਲੀ ਚਾਹ ਕਰਕੇ ਤਾਂ ਕਰਕੇ ਵਾੜੇ ਵੱਧ ਆਉਂਦੇ ਨੇ ਪਾ ਚੰਡੀਗੜ੍ਹ ਦੇ ਵਿੱਚ ਫਤੇਗੜ ਸਾਹਿਬ ਤੂੰ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਦੇ ਆ ਤਾਂ ਰਸਤੇ ਦੇ ਵਿੱਚ ਆਉਂਦਾ ਪੂਰੇ ਦਾ ਟਾਬਾ ਕਿ নো ਡਾਊਟ ਕਿ ਸਾਰੇ ਇੱਥੇ ਇੱਕ ਇੱਕ ਵਾਰੀ ਜ਼ਰੂਰ ਆਏ ਨੇ ਪਰ ਜਿਹੜੀ ਤੁਹਾਨੂੰ ਆ ਚੀਜ਼ਾਂ ਵਿਖਾਈਆਂ ਨੇ ਥੋੜਾ ਪੂਰੇ ਦੇ ਟਾਬੇ ਦੇ ਹੈ ਨਾਲ ਹੀ ਪਿੱਛੇ ਹਟ ਕੇ ਆਪਾਂ ਪ੍ਰੀ ਪ੍ਰੀ ਵਾਈਡਿੰਗ ਦਾ ਇਹਨਾਂ ਨੇ ਬਣਾਇਆ ਹੋਇਆਗਾ ਸਿਸਟਮ ਅਗਰ ਆਉਣਿਆ ਤਾਂ ਇੱਥੇ ਜ਼ਰੂਰ ਆਇਓ ਔਰ ਸਾਰਿਆਂ ਨੂੰ ਬੰਦੇ ਨੂੰ ਇਹ ਗੱਲ ਇੱਥੇ ਮੰਨ ਕੇ ਜਾਂਦੇ ਕਿ ਬਾਈ ਹੁਣਾਂ ਦੀ ਜਿਹੜੀ ਚਾਹ ਨਾ ਚਾਹ ਪੀਣ ਦਾ ਚਾਹ ਹੀ ਇੱਥੇ ਆਉਂਦਾ ਕਿਉਂਕਿ ਚਾਹ ਇੱਥੇ ਗੁੜ ਵਾਲੀ ਚਾਹ ਮਿਲਦੀ ਹੈਗੀ ਸੋ ਸਾਨੂੰ ਆਪਣੇ ਕਮੈਂਟਸ ਜ਼ਰੂਰ ਦਿਓ ਕਿ ਕਿਹੜੇ-ਕਿਹੜੇ ਇੱਥੇ ਬਾਈ ਰੁੱਕੇ ਜਾਂਦੇ ਹੈਗੇ ਔਰ ਕਿਹੜੀ ਚੀਜ਼ ਉਹਨਾਂ ਨੂੰ ਵਧੀਆ ਲੱਗਦੀ ਹੈਗੀ ਔਰ ਕਿਹੜੀ ਚੀਜ਼ ਉਹਨਾਂ ਨੂੰ ਇੱਥੇ ਕਹਿੰਦੇ ਆ ਵੀ ਹਾਂ ਯਾਰ ਅਸੀਂ ਆਏ ਸੀ ਜਾਂ ਅਸੀਂ ਆਉਣਾ ਤਾਂ ਜਿਨ੍ਹਾਂ ਨੇ ਆਉਣਾ ਉਹ ਵੀਡੀਓ ਜ਼ਰੂਰ ਵੇਖਣ ਬਣੇ ਰਹੋ ਸਾਡੇ ਨਾਲ ਵੇਖਦੇ ਰਹੋ ਬਾਈ ਜੀ ਟੀਵੀ